ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ ਤੇ ਮੈਂ ਆਸ਼ਮਿਤਾ ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਨਾਲ ਸਤਿ ਸ੍ਰੀ ਅਕਾਲ ਜੀ ਤੇ ਇਸ ਪ੍ਰੋਗਰਾਮ ਦੇ ਤਹਿਤ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਸਭ ਤੋਂ ਅਹਿਮ ਵਿਸ਼ੇ ਨੇ ਜਾਂ ਫਿਰ ਮਸਲੇ ਨੇ ਉਹਨਾਂ ਨੂੰ ਲੈ ਕੇ ਆਈਏ ਸੋ ਅੱਜ ਮੈਂ ਔਰ ਆਸ਼ਮਿਤਾ ਦੇਸ਼ ਦਾ ਸਭ ਤੋਂ ਵੱਡਾ ਜਿਹੜਾ ਮਸਲਾ ਹੈਗਾ ਇਸ ਟਾਈਮ ਉਹਨੂੰ ਡਿਸਕਸ ਕਰਾਂਗੇ जिथे इस कंट्री नू पहले एक हेल्थ क्राइसिस हुई उस तो बाद एक एकनॉमिक क्राइसिस हुई हुन पिछले हफ्ते तो पूरा यूनाइटेड स्टेट्स एक सिविल राइट्स क्राइसिस नू झेल रहा है ते जो वक वक लूटिंग डिस्ट्रक्शन वायलेंस ते जिस लेवल ते प्रोटेस्ट 100+ सिटीज़ विच वेखन नू मिल रही है सारिया ना यही कहना है कि इस लेवल दी प्रोटेस्ट मार्टिन लूथर किंग दी असैसिनेशन दे टाइम तो नहीं देखी गई दैट वॉज 50+ years ago. ਬਿਲਕੁਲ ਇੱਥੇ ਸਾਨੂੰ ਸਮਝਣਾ ਇਹ ਜ਼ਰੂਰੀ ਹੈ ਕਿ ਇਹ ਅੱਜ ਜਿਹੜਾ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਔਰ ਅਗਰ ਮਿਨੋਰਟੀਜ਼ ਇਸ ਧਰਤੀ ਦੇ ਉੱਤੇ ਅਮਰੀਕਾ ਦੇ ਉੱਤੇ ਅਗਰ ਸੇਫ ਨੇ ਤਾਂ ਇੱਥੇ ਜ਼ਰੂਰ ਮੈਂ ਕਹਾਂਗਾ ਕਿ ਬਲੈਕ ਸਿਵਲ ਰਾਈਟਸ ਜਦ ਹੋਏ ਸੀਗੇ ਉਹਨਾਂ ਦੀ ਸਾਨੂੰ ਦੇਣ ਹੈ ਉਹਨਾਂ ਨੇ ਸਾਨੂੰ ਅੱਗੇ ਵਧਾਇਆ ਤਾਂ ਇਸ ਕਰਕੇ ਅੱਜ ਮਿਨੋਰਟੀਜ਼ ਅਮਰੀਕਾ ਦੀ ਧਰਤੀ ਦੇ ਉੱਤੇ ਸੇਫ ਨੇ ਸੋ ਅਸੀਂ ਕਿੱਦਾਂ ਵੀ ਪੱਖ ਨਹੀਂ ਲਵਾਂਗੇ ਅਸੀਂ ਇਸ ਮੰਚ ਨੂੰ ਹਮੇਸ਼ਾ ਸੱਦਾ ਦਿੰਦੇ ਹਾਂ ਸਾਰਿਆਂ ਦੇ ਲਈ ਇਸ ਮੰਚ ਨੂੰ ਅਸੀਂ ਸੱਦਾ ਦਿੱਤਾ ਤੁਹਾਨੂੰ ਵੀ ਸੋ ਵੱਖ ਵੱਖ ਅਸੀਂ ਗੱਲਾਂ ਦੇ ਉੱਤੇ ਜਿਹਨੂੰ ਆਪਣੇ ਵਿਚਾਰ ਰੱਖਾਂਗੇ ਸਭ ਤੋਂ ਵੱਡਾ ਮੁੱਦਾ ਜਿਹੜਾ ਬਣਦਾ ਇਹ ਜਿਹੜੀ ਲੜਾਈ ਹੈਗੀ ਹੈ ਕਾਲਿਆਂ ਦੇ ਵਿੱਚ ਜਾਂ ਫਿਰ ਗੋਰਿਆਂ ਦੇ ਵਿੱਚ ਲੜਾਈ ਨਹੀਂ ਹੈਗੀ ਇਟਸ ਅ ਫਾਈਟ ਆਫ ਰੇਸਿਸਟ ਵਰਸਸ ਐਵਰੀਵਨ ਹੈ ਤੁਹਾਡੀ ਲੜਾਈ ਹੈਗੀ ਹੈ ਸੋ ਉਹਨਾਂ ਸਾਰੇ ਸਵਾਲਾਂ ਨੂੰ ਅਸੀਂ ਅੱਜ ਇਸ ਮੰਚ ਦੇ ਉੱਤੇ ਰੱਖਾਂਗੇ ਕਿ ਐਜ਼ ਅਨ ਸਿੱਖ ਐਜ਼ ਅਨ ਹਿਊਮਨ ਬੀਇੰਗ ਸਾਨੂੰ ਕੀ ਕਰਨਾ ਚਾਹੀਦਾ ਅੱਜ ਜੋ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਬਲੈਕ ਕਮਿਊਨਿਟੀ ਦੇ ਨਾਲ ਯੂ ਨੋ ਅਫਰੀਕਨ ਅਮੈਰੀਕਨ ਕਮਿਊਨਿਟੀ ਦੇ ਨਾਲ ਸੋ ਐਜ਼ ਅਨ ਹਿਊਮਨ ਬੀਇੰਗ ਸਾਡੀ ਕੀ ਜਿਹੜੇ ਨੇ ਰਾਈਟਸ ਹੋਣੇ ਚਾਹੀਦੇ ਨੇ ਅਸ਼ਮਿਤਾ ਇੱਥੇ ਇੱਕ ਇਹ ਬੜੀ ਵੱਡੀ ਗੱਲ ਬਣਦੀ ਹੈ ਹਰਕੀਰਤ ਕਿ ਜਿਸ ਤਰ੍ਹਾਂ ਪੂਰਾ ਕੰਟਰੀ ਤੁਸੀਂ ਕਹਿ ਸਕਦੇ ਪੂਰੀ ਦੁਨੀਆ ਦੇਖ ਰਹੀ ਹੈ ਕਿ ਇੱਕ ਇਨਸਾਨ ਜੋਰਜ ਫਲੋਇਡ ਅਨਆਰਮਡ ਐਫਰੀਕਨ ਅਮੈਰੀਕਨ ਮੈਨ ਮਿਨੀਐਪੋਲਿਸ ਸਿਟੀ ਵਿੱਚ ਐਗਜੈਕਟਲੀ ਇੱਕ ਹਫ਼ਤੇ ਪਹਿਲੇ ਪੁਲਿਸ ਕਸਟਡੀ ਵਿੱਚ ਉਹਦਾ ਮਰਡਰ ਹੋਇਆ ਸੀ ਜਿਸ ਪੁਲਿਸ ਆਫਿਸਰ ਨੇ ਕਿੰਨੀ ਬੇਦਰਦੀ ਨਾਲ ਆਪਣਾ ਘੁਟਨਾ ਉਹਦੇ ਗਰਦਨ 'ਤੇ ਰੱਖ ਕੇ ਆਲਮੋਸਟ 10 ਮਿੰਟ ਉੱਥੇ ਰੱਖ ਛੱਡਿਆ ਜਦੋਂ ਉਹ ਬੰਦਾ ਬੇਹੋਸ਼ ਵੀ ਹੋ ਗਿਆ ਤਦ ਵੀ ਉਹਨੇ ਆਪਣਾ ਘੁਟਨਾ ਨਹੀਂ ਹਟਾਇਆ ਉਸ ਹਾਦਸੇ ਨੂੰ ਲੈ ਕੇ ਪੂਰਾ ਕੰਟਰੀ ਇਰਪਟ ਹੋ ਚੁੱਕਿਆ ਹੈ ਪ੍ਰੋਟੈਸਟ ਦੇ ਨਾਲ ਅਤੇ ਪ੍ਰੋਟੈਸਟ ਦੀ ਜੋ ਸਭ ਤੋਂ ਇੱਕ ਕਾਲਿੰਗ ਕਾਰਡ ਤੁਸੀਂ ਕਹਿ ਸਕਦੇ ਹੋ ਉਹ ਹੈਗੀ ਬਲੈਕ ਲਾਈਵਸ ਮੈਟਰ ਅਤੇ ਅੱਜ ਥੋੜ੍ਹੀ ਜਿਹੀ ਸਾਨੂੰ ਇਹ ਦੱਸਣਾ ਚਾਹੀਦਾ ਸਾਰਿਆਂ ਨੂੰ ਕਿ ਇਹ ਬਲੈਕ ਲਾਈਵਸ ਮੈਟਰ ਹੈ ਕੀ ਐਂਡ ਕਿਉਂ ਤੁਹਾਨੂੰ ਵੀ ਇਸ ਚੀਜ਼ ਦੀ ਅਹਿਮੀਅਤ ਪਤਾ ਹੋਣੀ ਚਾਹੀਦੀ ਹੈ ਕਿ ਭਾਵੇਂ ਆਪਾਂ ਅਫਰੀਕਨ ਅਮੈਰੀਕਨ ਕਮਿਊਨਿਟੀ ਤੋਂ ਨਹੀਂ ਹੈਗੇ ਬਟ ਜੋ ਉਹਨਾਂ ਦੇ ਨਾਲ ਹੋ ਰਿਹਾ ਸਾਡੀ ਕਮਿਊਨਿਟੀ ਨੂੰ ਕਿਸ ਤਰ੍ਹਾਂ ਇੰਪੈਕਟ ਕਰ ਸਕਦਾ ਹੈ ਬਿਲਕੁਲ 2012 ਦੇ ਵਿੱਚ ਇੱਕ ਟੀਨੇਜਰ ਸੀਗਾ ਬਲੈਕ ਟੀਨੇਜਰ ਟ੍ਰੇਵੋਨ ਮਾਰਟਿਨ ਕਰਕੇ ਉਹ ਜਦ ਕੈਂਡੀ ਸ਼ੋਪ ਤੋਂ ਬਾਹਰ ਆਉਂਦਾ ਤਾਂ ਉਹਨੂੰ ਬਕਾਇਦਾ ਜਿਹੜਾ ਹੈਗਾ ਪੁਲਿਸ ਵੱਲੋਂ ਇੱਕ ਸਿਕਿਉਰਿਟੀ ਗਾਰਡ ਵੱਲੋਂ ਸ਼ੂਟ ਕੀਤਾ ਜਾਂਦਾ ਉਹਦੀ ਮੌਕੇ 'ਤੇ ਹੀ ਮੌਤ ਹੋ ਜਾਂਦੀ ਹੈ ਉਸ ਟਾਈਮ ਤੋਂ ਬਲੈਕ ਲਾਈਵਸ ਮੈਟਰ ਦੀ ਸ਼ੁਰੂਆਤ ਹੁੰਦੀ ਹੈ 2012 ਦੇ ਵਿੱਚ ਔਰ ਇਹ ਸੰਸਥਾ ਇਸ ਕਰਕੇ ਬਣੀ ਜਾਂਦੀ ਹੈ ਜਿੱਥੇ ਨੋਟ ਓਨਲੀ ਅਸੀਂ ਯੂ ਨੋ ਬਲੈਕ ਕਮਿਊਨਿਟੀ ਦੀ ਗੱਲ ਕਰੀਏ ਜੋ ਵੀ ਹਾਰਮ ਹੋ ਰਿਹਾ ਵੈਨ ਇਟ ਕਮਸ ਟੂ ਹਿਊਮੈਨਿਟੀ ਜੋ ਵੀ ਇਨਸਾਨੀਅਤ ਦੇ ਲੈ ਕੇ ਅੱਗੇ ਕਿਸੇ ਦੇ ਉੱਤੇ ਕੋਈ ਵੀ ਮੈਂ ਕਹਾਂ ਕਿ ਵਿਤਕਰਾ ਹੁੰਦਾ ਤਾਂ ਉਹਨੂੰ ਲੈ ਕੇ ਇਹ ਬਣਾਇਆ ਜਾਂਦਾ ਤਾਂ ਇਸ ਕਰਕੇ ਹੈਸ਼ਟੈਗ ਇਹਨੂੰ ਯੂਜ਼ ਕੀਤਾ ਜਾਂਦਾ ਇਹਨੂੰ ਇੰਡੋਰਸ ਕੀਤਾ ਜਾਂਦਾ ਫੋਰ ਦੀ ਇਕੁਅਲ ਰਾਈਟਸ ਆਫ ਹਿਊਮੈਨਿਟੀ ਸਪੈਸੀਫਿਕਲੀ ਫੋਰ ਦੀ ਬਲੈਕ ਅਮੈਰੀਕਨਸ ਸੋ ਇਸ ਕਰਕੇ ਬਲੈਕ ਅਮੈਰੀਕਨਸ ਦੀ ਹਿਫਾਜ਼ਤ ਦੇ ਲਈ ਇਹ ਹੈਸ਼ਟੈਗ ਯੂ ਨੋ ਬਲੈਕ ਲਾਈਵਸ ਮੈਟਰ ਮੂਵਮੈਂਟ ਜਿਹੜੀ ਹੈ ਇਹਦੀ ਸ਼ੁਰੂਆਤ ਹੋਈ ਸੀਗੀ ਅਸ਼ਮਿਤਾ ਇੱਥੇ ਇੱਕ ਡਿਸਟਿੰਕਸ਼ਨ ਜਾਂ ਫਰਕ ਜ਼ਰੂਰ ਸਾਨੂੰ ਦਿਮਾਗ 'ਚ ਰੱਖਣਾ ਚਾਹੀਦਾ ਹੈ ਕਿ ਇਹ ਬਲੈਕ ਲਾਈਵਸ ਮੈਟਰ ਕੋਈ ਇੱਦਾਂ ਦੀ ਮੂਵਮੈਂਟ ਨਹੀਂ ਹੈਗੀ ਕਿ ਤੁਹਾਡੀ ਜ਼ਿੰਦਗੀ ਸਾਡੀ ਜ਼ਿੰਦਗੀ ਜਾਂ ਕਿਸੇ ਗੋਰੇ ਦੀ ਜ਼ਿੰਦਗੀ ਮੈਟਰ ਨਹੀਂ ਕਰਦੀ ਇੱਥੇ ਇਹਨਾਂ ਦਾ ਇਹ ਕਹਿਣਾ ਇਸ ਕਮਿਊਨਿਟੀ ਦਾ ਕਿ ਇਨ ਸਿਚੁਏਸ਼ਨਸ ਦੇ ਵਿੱਚ ਲਿਸਟ ਬਹੁਤ ਲੰਬੀ ਹੈ ਉਹਨਾਂ ਦੀ ਜੋ ਅਨਆਰਮਡ ਇਨੋਸੈਂਟ ਲੋਕ ਪੁਲਿਸ ਕਸਟਡੀ ਵਿੱਚ ਅਨਫੋਰਚੁਨੇਟਲੀ ਉਹਨਾਂ ਦਾ ਕਤਲ ਹੋਇਆ ਯੂਨਾਈਟਿਡ ਸਟੇਟਸ ਦੇ ਵਿੱਚ ਜਦੋਂ ਤੁਸੀਂ ਉਹ ਦੇਖਦੇ ਹੋ ਬਲੈਕ ਲਾਈਵਸ ਮੂਵਮੈਂਟ ਕਹਿੰਦੀ ਹੈ ਕਿ ਅਗਰ ਉਹ ਇਨਸਾਨ ਅਗਰ ਉਹ ਸਾਰੀ ਲਿਸਟ ਤੁਸੀਂ ਕੱਢ ਲਓ ਉਹ ਲੋਕ ਅਗਰ ਉਹ ਕਾਲੇ ਨਾ ਹੁੰਦੇ ਅਗਰ ਉਹ ਅਫਰੀਕਨ ਅਮੈਰੀਕਨ ਨਾ ਹੁੰਦੇ ਅੱਜ ਸ਼ਾਇਦ ਉਹ ਜ਼ਿੰਦਾ ਹੁੰਦੇ
ਬਿਲਕੁਲ। ਔਰ ਇਹ ਸਿਰਫ ਅਸ਼ਮਿਤਾ ਇੱਥੇ ਤੱਕ ਹੀ ਸੀਮਿਤ ਨਹੀਂ ਰਹਿ ਜਾਂਦਾ, ਕਈ ਵਾਰ ਅਸੀਂ ਵੇਖਿਆ ਵੈਨ ਇਟ ਕਮਸ ਟੂ ਬਲੈਕ ਕਮਿਊਨਿਟੀ, ਕਈ ਸਾਰੇ ਉਹਨਾਂ ਦੇ ਉੱਤੇ ਜਿਹੜੇ ਪੁਲਿਸ ਦੇ ਵੀ ਬ੍ਰਚੁਐਲਿਟੀ ਅਸੀਂ ਅਗਰ ਕੇਸਿਸ ਦੀ ਗੱਲ ਕਰੀਏ ਉਹਨਾਂ ਦੇ ਨਾਲ ਹੋਏ। ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ, ਟ੍ਰੇਵਨ ਮਾਰਟਿਨ ਸਭ ਤੋਂ ਪਹਿਲਾਂ ਇੱਥੋਂ ਸ਼ੁਰੂਆਤ ਹੋਈ ਸੀਗੀ 2012 ਦੇ ਵਿੱਚ, ਉਸ ਤੋਂ ਬਾਅਦ ਸੈਂਡਰਾ ਬਲੈਂਡ ਜਿਹੜੀ ਹੈਗੀ ਹੈ ਉਹਨੂੰ ਅਰੈਸਟ ਕੀਤਾ ਗਿਆ ਸੀਗਾ ਫੋਰ ਸਪੀਡਿੰਗ, ਔਰ 3 ਦਿਨ ਬਾਅਦ ਉਹਨਾਂ ਨੂੰ ਜਿਹੜੀ ਹੈਗੀ ਹੈ ਜੇਲ੍ਹ ਹੋ ਗਈ ਸੀਗੀ ਜਿੱਥੇ ਉਹਨਾਂ ਦੀ ਮੌਤ ਹੋ ਗਈ। ਐਰਿਕ ਗਾਰਨਰ ਨੂੰ ਬਕਾਇਦਾ ਜਿਹੜਾ ਹੈਗਾ ਆਫਿਸਰਸ ਨੇ ਪੁਟਮ ਕੀਤਾ, ਉਸ ਤੋਂ ਬਾਅਦ ਉਹਨਾਂ ਨੂੰ ਵੀ ਅਰੈਸਟ ਕੀਤਾ ਗਿਆ, ਤਾਂ ਫਿਰ ਉਹਨੂੰ ਸ਼ੂਟ ਆਊਟ ਕਰ ਦਿੱਤਾ ਗਿਆ ਬਕਾਇਦਾ ਅਨਆਰਮਡ ਜਿਹੜੇ ਬਲੈਕ ਕਮਿਊਨਿਟੀ ਦੇ ਸਾਡੇ ਭਾਈਚਾਰਾ ਹੈਗਾ ਉਹਨਾਂ ਨੂੰ ਬਕਾਇਦਾ ਇਹ ਝੇਲਣਾ ਪਿਆ। ਨੋਟ ਓਨਲੀ ਦੈਟ, ਮਾਈਕਲ ਬਰਾਊਨ ਅਸ਼ਮਿਤਾ ਜਦ ਉਹਨਾਂ ਨੂੰ ਹੱਥ ਖੜਾ ਕਰਾਇਆ ਗਿਆ ਔਰ 6 ਵਾਰ ਜਿਹੜੀ ਹੈਗੀ ਆ ਉਹਨਾਂ ਦੇ ਸੀਨੇ ਤੇ ਗੋਲੀ ਦਾਗੀ ਗਈ। ਸੋ ਉਸ ਤੋਂ ਬਾਅਦ ਤੈਮਰ ਰਾਈਸ, ਫਿਲਾਡੋ ਕੈਸਲ, ਅਗਰ ਮੈਂ ਲਿਸਟ ਦਾ ਨਾਂ ਲਵਾਂ ਤਾਂ ਲਿਸਟ ਖਤਮ ਨਹੀਂ ਹੋਏਗੀ। ਪਰ ਸਵਾਲ ਵੱਡੇ ਇੱਥੇ ਆਈ ਬਣਦੇ ਕਿ ਜਿਹੜੀ ਅੱਜ ਇਹ ਮੂਵਮੈਂਟ ਚਾਲੂ ਹੋਈ ਹੈ ਮੁੜ ਤੋਂ ਬਲੈਕ ਲਾਈਵਸ ਮੈਟਰ ਮੂਵਮੈਂਟ, ਇਹ ਸਾਨੂੰ ਕੀ ਸਮਝਾਉਂਦੀ ਹੈ ਔਰ ਸਾਡੇ ਲਈ ਵੈਨ ਇਟ ਕਮਸ ਟੂ ਆਰ ਕਮਿਊਨਿਟੀ, ਸਿੱਖ ਕਮਿਊਨਿਟੀ, ਸਾਨੂੰ ਕੀ ਸਿੱਖਣਾ ਚਾਹੀਦਾ ਇਸ ਮੂਵਮੈਂਟ ਤੋਂ ਵੀ, ਔਰ ਜਿਹੜਾ ਅੱਜ ਇਹ ਹੋਇਆ ਜਾਰਜ ਫਲੋਇਡ ਨਾਲ, ਇਸ ਤੋਂ ਸਾਨੂੰ ਕੀ ਸਬਕ ਲੈਣਾ ਚਾਹੀਦਾ? ਇਹ ਜਿਵੇਂ ਅਸੀਂ ਲਗਾਤਾਰ ਦੱਸ ਰਹੇ ਕਿ ਅਸੀਂ ਕਿਸੇ ਵੀ ਕਮਿਊਨਿਟੀ ਨੂੰ ਇੱਥੇ ਨਹੀਂ ਦੱਸ ਰਹੇ ਕਿ ਬਈ ਇਹਦਾ ਇਹਨਾਂ ਦੇ ਕਰਕੇ ਹੋ ਰਿਹਾ, ਸਾਡੀ ਫਾਈਟ ਜਿਹੜੀ ਹੈਗੀ ਹੈ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ, ਨੋਟ ਵਿਦ ਬਲੈਕ ਵਰਸਿਸ ਵਾਈਟ ਕਮਿਊਨਿਟੀ, ਇਟਸ ਰੇਸਿਸਟ ਵਰਸਿਸ ਐਵਰੀਵਨ ਐਲਸ। ਸੋ ਇਸੀ ਪ੍ਰੋਗਰਾਮ ਨੂੰ ਅਸੀਂ ਲਗਾਤਾਰ ਜਾਰੀ ਰੱਖਾਂਗੇ, ਲੇਕਿਨ ਤੁਹਾਨੂੰ ਇੱਕ ਵੀਡੀਓ ਦਿਖਾਉਂਦੇ ਹਾਂ ਕਿ ਕਿਹੜੀ ਕਿਹੜੀ ਸਿਟੀਜ਼ ਦੇ ਵਿੱਚ ਕੀ ਕੁਝ ਵੇਖਣ ਨੂੰ ਮਿਲੇ ਔਰ ਕਿਸ ਤਰੀਕੇ ਨਾਲ ਅਮੈਰੀਕਾ ਪਿਛਲੇ 6 ਦਿਨਾਂ ਤੋਂ ਚੱਲ ਰਿਹਾ। ਸੋ ਇਹ ਤਸਵੀਰ ਤੁਸੀਂ ਦੇਖੀ ਜਿੱਥੇ LA ਦੇ ਵਿੱਚ ਬਕਾਇਦਾ ਤਸਵੀਰਾਂ ਸਾਹਮਣੇ ਆਈਆਂ, ਔਰ ਅਸ਼ਮਿਤ ਇੱਥੇ ਇੱਕ ਵੱਡਾ ਸਵਾਲ ਬਣਦਾ, ਕਈ ਸਾਰੇ ਲੋਕ ਕਹਿੰਦੇ ਕਿ ਇਹ ਬਲੈਕ ਕਮਿਊਨਿਟੀ ਕਰ ਰਹੀ ਹੈ, ਇਹਨਾਂ ਨੂੰ ਲੁੱਟਡ ਨਹੀਂ, ਜਿਹੜੇ ਲੂਟ ਹੈ ਨਹੀਂ ਕਰਨੀ ਚਾਹੀਦੀ ਸੀ ਕਿ ਇਹਨਾਂ ਨੇ ਮੌਲ ਲੁੱਟ ਲਏ, ਇਹ ਅਗਰ ਠੀਕ ਹੈ ਉਹਨਾਂ ਨਾਲ ਧੱਕਾ ਹੋਇਆ ਤਾਂ ਉਹ ਪ੍ਰੋਟੈਸਟ ਕਰਦੇ ਸੀਗੇ। ਪਰ ਇੱਥੇ ਦੁਚਿੱਤੀ ਪੈਦਾ ਹੋਈ ਹੈ, ਕਨਫਿਊਜ਼ਨ ਪੈਦਾ ਹੋਈ ਹੋਈ ਹੈ, ਵੀ ਕੈਨ ਨੋਟ ਸੇ ਕਿ ਇਟਸ ਓਨਲੀ ਬਲੈਕ ਕਮਿਊਨਿਟੀ, ਬਿਕੋਜ਼ ਜੋ ਵੀ ਲੁੱਟਦਾ ਉਹਦਾ ਕੋਈ ਕਲਰ ਨਹੀਂ ਹੁੰਦਾ, ਕੋਈ ਰਿਲੀਜਨ ਨਹੀਂ ਹੁੰਦਾ। ਸੋ ਉਹ ਨਿਊਸੈਂਸ ਜਿਹੜੇ ਸ਼ਰਾਰਤੀ ਅੰਸਰ ਫੈਲਾਉਂਦੇ ਨੇ, ਉਹ ਤੁਹਾਨੂੰ ਨਹੀਂ ਪਤਾ ਉਹ ਕਿੱਥੋਂ ਆਏ ਨੇ, ਕੌਣ ਨੇ ਔਰ ਉਹ ਕੀ ਚਾਹੁੰਦੇ ਨੇ। ਇੰਨੀ ਖਬਰ ਨਿਕਲੀ ਹੈਗੀ ਇਸ ਚੀਜ਼ ਨੂੰ ਲੈ ਕੇ ਕਿ ਮਿਨੀਐਪੋਲਿਸ ਵਿੱਚ ਜੋ ਪਹਿਲਾ ਸਿਟੀ ਜਿਹਦੇ ਵਿੱਚ ਜਾਰਜ ਫਲੋਇਡ ਦੀ ਇਹ ਮੌਤ ਹੋਈ ਹੈ, ਉੱਥੇ ਪਹਿਲੇ 2-3 ਦਿਨਾਂ ਵਿੱਚ ਜੋ ਪ੍ਰੋਟੈਸਟ ਅਰਪਟ ਹੋਈ ਸਨ, ਉਹਨਾਂ ਦੀ ਅਰੈਸਟ, ਜੋ ਵਾਇਲੈਂਟ ਪ੍ਰੋਟੈਸਟਰ ਸੀਗੇ ਉਹਨਾਂ ਦੀ ਅਰੈਸਟ ਤੋਂ ਇਹ ਪਤਾ ਲੱਗਿਆ ਕਿ 80% ਉਹ ਅਰੈਸਟ ਬਾਹਰ ਦੇ ਲੋਕ ਸੀਗੇ, ਨਾ ਕਿ ਮਿਨੀਐਪੋਲਿਸ ਦੇ ਲੋਕਲਸ। ਸੋ ਇਹ ਕਾਫੀ ਹੁਣ ਪੈਟਰਨ ਜਿਹਾ ਦਿਖ ਰਿਹਾ ਕਿ ਜੋ ਲੋਕ ਪੀਸਫੁਲੀ ਪ੍ਰੋਟੈਸਟ ਕਰੇ ਉਹ ਲੋਕਲ ਕਮਿਊਨਿਟੀਜ਼, ਲੋਕਲ ਸਿਵਲ ਰਾਈਟਸ ਲੀਡਰਸ ਹਨ, ਅਤੇ ਜੋ ਲੂਟਿੰਗ, ਡਿਸਟਰਕਸ਼ਨ ਅਤੇ ਵਾਇਲੈਂਟ ਕੰਮ ਕਰ ਰਹੇ ਉਹ ਐਜੀਟੇਟਰਸ ਹਨ, ਉਹ ਉਸ ਲੋਕਲ ਕਮਿਊਨਿਟੀ ਤੋਂ ਹਟ ਕੇ ਹੈਗੇ, ਉਹਨਾਂ ਦਾ ਕੋਈ ਹੋਰ ਏਜੰਡਾ ਹੈ, ਭਾਵੇਂ ਉਹ ਲੂਟਿੰਗ ਦਾ ਹੋਏ ਜਾਂ ਕੋਈ ਹੋਰ ਵੱਡੇ ਅਹਿੰਸਾ ਨੂੰ ਕ੍ਰੀਏਟ ਕਰਨ ਦਾ ਹੋਏ। ਇੱਕ ਸਵਾਲ ਇੱਥੇ ਅਸ਼ਮਿਤਾ ਇਹ ਵੀ ਬਣਦਾ, ਹੁਣੇ ਆਪਾਂ ਮਾਰਚ ਦੇ ਵਿੱਚ, ਮਈ ਦੇ ਵਿੱਚ ਮੈਂ ਮਾਫੀ ਚਾਹਾਂਗਾ, ਇੱਕ ਪ੍ਰੋਟੈਸਟ ਦੇਖਿਆ ਕਿ ਯੂ ਨੋ ਵਾਈਟ ਪ੍ਰੋਟੈਸਟਰਸ ਮਾਰਚ ਐਟ ਦੇਅਰ ਸਟੇਟ ਕੈਪੀਟਲਸ ਟੂ ਪ੍ਰੋਟੈਸਟ ਸਟੇ ਐਟ ਹੋਮ ਯੂ ਨੋ ਆਰਡਰਸ ਨੂੰ ਲੈ ਕੇ ਫੋਰ ਦਾ ਕਰੋਨਾ ਵਾਇਰਸ, ਐਂਡ ਐਟ ਦਿਸ ਪ੍ਰੋਟੈਸਟ ਸਾਨੂੰ ਇਹ ਸਮਝਣਾ ਚਾਹੀਦਾ ਜਾਂ ਸਾਨੂੰ ਸਵਾਲ ਖੜਾ ਕਰਨਾ ਚਾਹੀਦਾ, ਦੇਰ ਵਾਜ਼ ਨੋ ਪੁਲਿਸ ਬ੍ਰਚੁਐਲਿਟੀ, why do violence and riot occurs when the black community is protesting, right? And a sawal hor bhi vadda ban janda hai, if you remember un protests vich, khaas karke Michigan and is tarah di states vich, jo a white protesters sige ਉਹ ਫੁੱਲੀ ਆਰਮਡ, ਕੁਛ ਪਿਕਚਰਾਂ ਵਿੱਚ ਤਾਂ ਉਹ ਵੱਡੇ ਵੱਡੇ AK ਰਾਈਫਲਸ ਲੈ ਕੇ ਸਟੇਟ ਗਵਰਨਮੈਂਟ ਵਿੱਚ ਪ੍ਰੋਟੈਸਟ ਕਰ ਰਹੇ ਹਨ, ਉਹਨਾਂ ਨੂੰ ਕੋਈ ਕੁਛ ਨਹੀਂ ਕਹਿ ਰਿਹਾ, ਅਤੇ ਇਹ ਜੋ ਪ੍ਰੋਟੈਸਟਰਸ ਪੀਸਫੁਲੀ ਅਨਆਰਮਡ ਕੋਈ ਹਥਿਆਰ ਬਿਨਾਂ ਆਪਣੀ ਆਵਾਜ਼ ਲਈ, ਆਪਣੀ ਸੇਫਟੀ ਲਈ ਪ੍ਰੋਟੈਸਟ ਕਰੇ, ਅਤੇ ਇਹਨਾਂ 'ਤੇ ਇੰਨੇ ਜ਼ਿਆਦਾ ਅਟੈਕਸ, ਇੰਨੀ ਬਰੂਟੈਲਿਟੀ ਦਿਖਾਈ ਜਾ ਰਹੀ ਹੈ ਜਿਸ ਤਰ੍ਹਾਂ ਦੀ ਆਪਾਂ ਗੱਲ ਕੀਤੀ। ਬਿਲਕੁਲ, 4 ਸੈਂਚੁਰੀਜ਼ ਵਾਈਟ ਸੁਪਰਮੈਸਿਸਟ ਆਰਗਨਾਈਜੇਸ਼ਨਸ ਲਾਈਕ ਦੀ KKK ਦੇ ਬਰਨ ਡਾਊਨ ਹੋਮ, ਚਰਚਿਸ ਐਂਡ ਦ ਬਿਜ਼ਨਸਿਸ, ਇਹ ਇੱਕ ਕਹਿਣ ਦਾ ਭਾਵ ਹੈ ਕਿ ਇਹ ਆਖਿਰਕਾਰ ਹੋ ਕੇ ਰਿਹਾ, ਰਾਈਟ? ਔਰ ਅਗਰ ਅੱਜ ਇਹ ਮੂਵਮੈਂਟ ਖੜੀ ਹੁੰਦੀ ਹੈ ਬਲੈਕ ਲਾਈਵਸ ਮੈਟਰ, ਤਾਂ ਇਸਦੇ ਉੱਤੇ ਇਤਰਾਜ਼ ਕਿਹਨੂੰ ਹੈ ਔਰ ਇਤਰਾਜ਼ ਕੌਣ ਕਰ ਰਿਹਾ? ਇਹੀ ਹੈ ਅੱਜ ਦਾ ਮੁੱਦਾ। ਬ੍ਰੇਕ ਤੋਂ ਬਾਅਦ ਸਾਡੇ ਨਾਲ ਖਾਸ ਮਹਿਮਾਨ ਜੁੜਨਗੇ, ਅਸੀਂ ਜਦ ਗੱਲ ਕਰਦੇ ਹਾਂ ਇਸ ਮੁਲਕ ਦੇ ਵਿੱਚ ਰਹਿ ਕੇ ਪੋਲੀਟੀਸ਼ੀਅਨਸ ਦੀ, ਤਾਂ ਬਲੈਕ ਕਮਿਊਨਿਟੀ ਦੇ ਰੀਪ੍ਰਜੈਂਟੇਟਿਵ ਔਰ ਕੌਂਸਲ ਵੁਮੈਨ ਸਾਡੇ ਨਾਲ ਜੁੜਨਗੇ, ਉਹਨਾਂ ਨਾਲ ਅਸੀਂ ਖਾਸ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦਾ ਧੱਕਾ ਜਿਹੜਾ ਹੈਗਾ ਉਹਨਾਂ ਦੇ ਨਾਲ ਵੀ ਹੋਇਆ ਜਦ ਉਹ ਪੋਲੀਟੀਕਲ ਪਾਵਰ ਦੇ ਵਿੱਚ ਆਉਣ ਦੀ ਸੋਚ ਰਹੇ ਸੀਗੇ ਇਸ ਬ੍ਰੇਕ ਤੋਂ ਬਾਅਦ। ਬ੍ਰੇਕ
ब्रेक तो बाद सारे का स्वागत है। तुसी वेख रहे हो प्रोग्राम अज दा मुद्दा ते गल हो रही है जो इस पूरे कंट्री नू प्रोटेस्ट लूटिंग रायटिंग जकड़ चुकी है। ਉਹਦਾ ਕਾਰਨ ਕੀ ਹੈ ਤੇ ਕਿਸ ਤਰ੍ਹਾਂ ਆਪਾਂ ਅੱਗੇ ਵਧ ਸਕਦੇ ਹਾਂ ਇਸ ਨਵੀਂ ਕ੍ਰਾਈਸਿਸ ਤੋਂ? ਬਿਲਕੁਲ, ਸਾਡੇ ਨਾਲ ਐਡਰੀਨ ਐਡਮਸ ਜੁੜ ਚੁੱਕੇ ਨੇ, ਕੌਂਸਲ ਵੁਮੈਨ ਡਿਸਟ੍ਰਿਕਟ 28 ਤੋਂ। ਐਂਡ ਫਸਟ ਐਂਡ ਫੋਰਮੋਸਟ ਥੈਂਕ ਯੂ ਫੋਰ ਜੁਆਇਨਿੰਗ ਅਸ ਟੁਨਾਈਟ ਟੂ ਐਡੂਕੇਟ ਆਰ ਕਮਿਊਨਿਟੀ ਔਨ ਦਾ ਕਰੰਟ ਇਵੈਂਟਸ। ਅਨਫੋਰਚੁਨੇਟਲੀ ਦੇਰ ਇਜ਼ ਅ ਲਾਰਜ ਅਮਾਊਂਟ ਆਫ ਡਿਸਕ੍ਰਿਮੀਨੇਸ਼ਨ ਅਗੇਂਸਟ ਦੀ ਬਲੈਕ ਕਮਿਊਨਿਟੀ, ਈਵਨ ਵਿਦ ਦੀ ਸਾਊਥ ਏਸ਼ੀਅਨ ਕਮਿਊਨਿਟੀ। ਹਾਊਐਵਰ, ਐਜ਼ ਸਿੱਖਸ, ਯੂ ਮਸਟ ਨੋ ਦੈਟ ਵੀ ਆਰ ਯੋਰ ਅਲਾਈਜ਼। And thank you for taking the time to join us. Yes, thank you so much for asking. You know, so many people in our country have experienced racism, and it has not escaped me by any means. Being a black woman, I have been the only woman of color at many, many tables, in corporate America, where I started working. Initially, the only woman of color at a table, and it's being passed over for promotions, you name it, I felt that level of discrimination. Bilkul, so Ashmita, jithe apam lagatar rahi kehnde ki bhai woman of color ne, specifically black woman ne, aur power de vich aaye jadon nu apan hun puch rahe haan, so apan darshakan nu dassna chahnde haan ki inhan nu kis tarike di struggle jehdi hai oh dekhni payi। ek cheez jo Adrian Adams ne kahi jo saadi community layi bahut ek familiar cheez hai, sanu eh cheez bare pata hai ki kinni wari is tarah hunda hai, jis tarah tusi vak-vak situations vich jande ho, ਤੁਸੀਂ ਹੀ ਅਕੇਲੇ ਇੱਕ ਸਰਦਾਰ ਹੁੰਦੇ ਹੋ, ਤੁਸੀਂ ਹੀ ਅਕੇਲੇ ਇੱਕ ਸਿੱਖੀ ਸਰੂਪ ਵਿੱਚ ਜਾ ਕੇ ਕਿਸੇ ਬੋਰਡ ਮੀਟਿੰਗ ਦੇ ਵਿੱਚ, ਕਿਸੇ ਕੰਪਨੀ ਦੀ ਮੀਟਿੰਗ ਵਿੱਚ, ਕਿਸੇ ਬਾਹਰ ਦੀ ਕੋਈ ਵੀ ਸਿਚੁਏਸ਼ਨ ਵਿੱਚ ਜਾ ਕੇ ਜਦੋਂ ਵਰਤਦੇ ਹੋ ਤਾਂ ਤੁਹਾਡੇ ਨਾਲ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਹੁੰਦਾ ਹੈ? ਇਹੀ ਚੀਜ਼ ਇਸ ਅਫਰੀਕਨ ਅਮੈਰੀਕਨ ਕਮਿਊਨਿਟੀ ਨੂੰ ਵੀ ਲਗਾਤਾਰ ਝੇਲਣੀ ਪੈ ਰਹੀ ਹੈ। ਬਿਲਕੁਲ, ਮੈਂ ਜ਼ਰੂਰ ਇਹ ਪੁੱਛਣਾ ਚਾਹੁੰਦਾ ਮੈਮ, ਦੇਰ ਹੈਵ ਬੀਨ ਅ ਲਾਰਜ ਨੰਬਰ ਆਫ ਸੀਮਲੈਸ ਡੈਥਸ ਇਨ ਆਰ ਕੰਟਰੀ ਆਫ ਅਨਆਰਮਡ ਬਲੈਕ ਮੈਨ ਐਂਡ ਵੁਮੈਨ, ਫਰੋਮ ਟ੍ਰੇਵੋਨ ਮਾਰਟਿਨ ਟੂ ਜਾਰਜ ਫਲੋਇਡ। ਐਜ਼ ਸਮਵਨ ਹੂ ਐਨਕਾਊਂਟਰਸ ਲੋ ਐਨਫੋਰਸਮੈਂਟ ਰੈਗੂਲਰਲੀ, ਵੇਅਰ ਡੂ ਯੂ ਸਟੈਂਡ ਔਨ ਦਿਸ ਮੈਮ? ਯੂ ਨੋ, ਇਟਸ ਹਾਰਡ ਟੂ ਫਾਈਂਡ ਦ ਵਰਡਸ ਟਾਈਮ ਐਂਡ ਟਾਈਮ ਅਗੇਨ, ਬਿਕਾਜ਼ ਥੀਸ ਆਰ ਇੰਸਟੈਂਸਿਸ ਆਫ ਰਿਪੀਟ ਅਫੈਂਸਿਸ, and quite frankly I'm very tired. It's been a very long time dealing with this issue of racism, the issues of inequity in this country, and it's very unfortunate the times that we see ourselves in right now, having to deal with really two pandemics. We have a pandemic of COVID-19 and we have now a horrible pandemic of discrimination and brutality across this country when it comes to black and brown people. Right, and ਇਹ ਜੋ ਡਿਸਕ੍ਰਿਮੀਨੇਸ਼ਨ ਹੈਗੀ, ਇਹ ਵਾਂਸ ਅਗੇਨ ਸਾਨੂੰ ਇਸ ਦਾ ਸਭ ਤੋਂ ਵਾਇਲੈਂਟ, ਸਭ ਤੋਂ ਹੋਰੇਬਲ ਚਿਹਰਾ ਜ਼ਰੂਰ ਅਫਰੀਕਨ ਅਮੈਰੀਕਨ ਕਮਿਊਨਿਟੀ ਵਿੱਚ ਦੇਖਣ ਨੂੰ ਮਿਲ ਰਿਹਾ, ਬਟ ਇਹ ਸਾਰਿਆਂ ਨਾਲ ਹੁੰਦੀ ਹੈ। ਅੱਜ ਇਹਨਾਂ ਦੇ ਨਾਲ ਹੋ ਰਹੀ ਹੈ, ਕੱਲ੍ਹ ਸਾਡੇ ਨਾਲ ਵੀ ਹੋ ਸਕਦੀ ਹੈ। ਬਿਲਕੁਲ ਹੋ ਸਕਦੀ ਹੈ, ਔਰ ਉਹਦੇ ਲਈ ਅਸੀਂ ਕੀ ਤਿਆਰ ਹੈ ਕਿ ਨਹੀਂ? ਜਿਹੜੀ ਇਹ ਬਲੈਕ ਲਾਈਵਸ ਮੈਟਰ ਦੀ ਸ਼ੁਰੂਆਤ ਹੋਈ ਸੀਗੀ, ਉਹ ਅਜਿਹੀ ਸ਼ੁਰੂਆਤ ਅੱਜ ਇਹਨਾਂ ਨੂੰ ਮੁੜ ਤੋਂ ਉਸ ਰੈਵੋਲਿਊਸ਼ਨ ਨੂੰ ਜ਼ਮੀਨ ਦੇ ਉੱਤੇ ਤਾਰਨਾ ਪੈ ਰਿਹਾ, ਤਾਂ ਉਹਨੂੰ ਲੈ ਕੇ ਮੈਂ ਇੱਕ ਸਵਾਲ ਜਿਹੜਾ ਹੈਗਾ ਇਹਨਾਂ ਨੂੰ ਤੂੰ ਜ਼ਰੂਰ ਪੁੱਛ ਲੈਣਾ ਮੈਮ। ਦਾ ਬਲੈਕ ਲਾਈਵਸ ਮੈਟਰ ਮੂਵਮੈਂਟ ਹੈਜ਼ ਕ੍ਰੀਏਟਿਡ ਸਟ੍ਰਾਈਡਸ ਸਿੰਸ 2013, ਬਟ ਸਟਿਲ ਫੇਸਿਸ ਕ੍ਰਿਟਿਸਿਜ਼ਮ ਫਰੋਮ ਆਰ ਗਵਰਨਮੈਂਟ। ਡੂ ਯੂ ਥਿੰਕ ਦਿਸ ਮੂਵਮੈਂਟ ਹੈਜ਼ ਬੀਨ ਟ੍ਰੀਟਿਡ ਜਸਟਲੀ? ਆਈ ਰੀਅਲੀ ਡੋਨਟ। ਯੂ ਨੋ, ਦ ਬਲੈਕ ਲਾਈਵਸ ਮੈਟਰ ਮੂਵਮੈਂਟ ਕੇਮ ਐਟ ਅ ਟਾਈਮ ਵੇਅਰ ਦ ਕਮਿਊਨਿਟੀ ਜਸਟ ਸੈਡ ਇਨਫ ਇਜ਼ ਇਨਫ। There had to be visibility brought to this issue of brutality, but the Black Lives Matter movement has been widely disrespected in this country. We can take a look at Colin Kaepernick, and who was a part of the Black Lives Matter movement. He knelt in reverence to the loss of black lives in the United States, and what did it get him? It lost him his career for the most part. And it got him talked about horribly and very harshly by the President of the United States, when really he was respecting the lives that have been lost in the black and brown community. Right. Main zarur Colin Kaepernick bare
ਥੋੜਾ ਜਿਹਾ ਤੁਹਾਨੂੰ ਦੱਸਣਾ ਚਾਹੁੰਦੀ ਹੈ। ਕੋਲਿਨ ਕੈਪਰਨਿਕ ਇੱਕ ਯੂਨਾਈਟਿਡ ਸਟੇਟਸ ਵਿੱਚ ਐਥਲੀਟ ਸੀਗਾ, ਫੁੱਟਬਾਲ ਪਲੇਅਰ, ਜੋ ਇੱਥੇ ਦੀ ਫੁੱਟਬਾਲ ਹੈਗੀ, ਉਹ ਬਹੁਤ ਹੀ ਵਧੀਆ ਫੁੱਟਬਾਲ ਪਲੇਅਰ ਸੀਗਾ। ਹੀ ਇਜ਼ ਅਫਰੀਕਨ ਅਮੈਰੀਕਨ, ਐਂਡ ਜਦੋਂ ਇਹ ਬਲੈਕ ਲਾਈਵਜ਼ ਮੈਟਰ ਮੂਵਮੈਂਟ ਸ਼ੁਰੂ ਹੋਈ, ਕੋਲਿਨ ਕੈਪਰਨਿਕ ਨੇ ਆਪਣੀ ਗੇਮਸ ਦੇ ਵਿੱਚ, ਜੋ ਨੈਸ਼ਨਲੀ ਟੈਲੀਵਾਈਜ਼ਡ ਫੁੱਟਬਾਲ ਗੇਮਸ ਸੀਗੀਆਂ, ਉਹਦੇ ਵਿੱਚ ਜਦੋਂ ਐਂਥਮ ਪਲੇ ਹੁੰਦੀ ਸੀ, ਅਮੈਰੀਕਨ ਐਂਥਮ, ਉਹ ਐਂਥਮ ਨੂੰ ਇੱਦਾਂ ਖੜ ਕੇ ਸੁਣਨ ਦੀ ਬਜਾਏ ਹੀ ਵੁੱਡ ਨੀਲ, ਉਹ ਇੱਕ ਘੁਟਨੇ 'ਤੇ ਗਰਾਊਂਡ 'ਤੇ ਨੀਲ ਕਰਦੇ ਸੀ ਐਜ਼ ਅ ਪ੍ਰੋਟੈਸਟ, ਐਜ਼ ਅ ਪੀਸਫੁੱਲ ਪ੍ਰੋਟੈਸਟ। ਉਸ ਪੀਸਫੁੱਲ ਪ੍ਰੋਟੈਸਟ ਨੂੰ ਡਿਸਮਿਸ ਕਰਕੇ ਉਹਦੀ ਨੌਕਰੀ ਵੀ ਗਈ, ਉਹਨੂੰ ਫਾਇਰ ਕੀਤਾ ਗਿਆ ਆਪਣੀ ਜੌਬ ਤੋਂ, ਅਤੇ ਉਹਨੂੰ ਪੂਰੀ ਫੁੱਟਬਾਲ ਇੰਡਸਟਰੀ ਤੋਂ ਬਲੈਕਲਿਸਟ ਕਰਤਾ ਗਿਆ। ਉਸ ਪ੍ਰੋਟੈਸਟ ਦੇ ਬਾਅਦ ਹਲੇ ਤੱਕ ਕੋਲਿਨ ਕੈਪਰਨਿਕ ਕੰਮ ਨਹੀਂ ਕਰ ਰਿਹਾ। ਬਿਲਕੁਲ, ਸੋ ਇਹੀ ਹੈ ਕਿ ਜਦ ਕੋਈ ਪੀਸਫੁੱਲ ਪ੍ਰੋਟੈਸਟ ਵੀ ਕਰਦਾ ਤਾਂ ਉਹ ਮੂਵਮੈਂਟ ਕੋਈ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰਦਾ ਤਾਂ ਉਹਨੂੰ ਉਹ ਕੀ ਖਾਮਿਆਜ਼ਾ ਭੁਗਤਣਾ ਪੈਂਦਾ। ਸੋ ਮੈਂ ਇਹ ਸਵਾਲ ਜ਼ਰੂਰ ਮੈਮ ਤੋਂ ਲੈ ਲੈਣਾ। ਮੈਮ, ਵੈਨ ਪੀਸਫੁੱਲ ਪ੍ਰੋਟੈਸਟ ਐਂਡ ਮੂਵਮੈਂਟਸ ਫਾਲ ਔਨ ਡੈਫ ਈਅਰਸ ਐਂਡ ਪ੍ਰੋਟੈਸਟ ਅਕਰ ਟੂ ਪ੍ਰੋਵੋਕ ਚੇਂਜ, ਵਟ ਆਰ ਯੋਰ ਥਾਟ ਔਨ ਦਿਸ? We have to keep on trying. We didn't get this far by giving up. You know, the civil rights movement was born through peaceful protests. Voting rights was born through peaceful protests. We never want to give up on righteous causes, and now we're looking at hopefully police reform being born through peaceful protests. So no matter what, we don't give up. We get results. ਬਿਲਕੁਲ, ਇਹ ਜ਼ਰੂਰੀ ਹੋ ਜਾਂਦਾ ਅਸ਼ਮਿਤਾ। ਸੋ ਪੀਸਫੁੱਲ ਪ੍ਰੋਟੈਸਟ ਦੇ ਅਗੇਂਸਟ ਜਿਸ ਤਰੀਕੇ ਦੀ ਡਿਸਕ੍ਰਿਮੀਨੇਸ਼ਨ ਦਾ ਸਾਹਮਣਾ ਉਹਨੂੰ ਵੀ ਕਰਨਾ ਪਿਆ। ਰਾਈਟ, ਐਂਡ ਜਿੱਥੇ ਪੀਸਫੁੱਲ ਪ੍ਰੋਟੈਸਟ ਆਉਂਦੀ ਹੈ ਉੱਥੇ ਇੱਕ ਬਹੁਤ ਹੀ ਵੱਡਾ ਨਾਮ, ਜਿਸ ਤਰ੍ਹਾਂ ਸ਼ੁਰੂਆਤ 'ਚ ਉਹਨੂੰ ਦੱਸਿਆ, ਮਾਰਟਿਨ ਲੂਥਰ ਕਿੰਗ ਜੂਨੀਅਰ। ਸੋ ਮਿਸ ਐਡਮਸ, ਆਈ ਵੁੱਡ ਲਵ ਟੂ ਹੀਅਰ। ਪਰ ਉਸ ਤੋਂ ਪਹਿਲਾਂ ਅਸ਼ਮਿਤਾ, ਇੱਕ ਸਵਾਲ ਇੱਥੇ ਵੱਡਾ ਬਣਦਾ ਹੈ। ਜਿੱਥੇ ਅਸੀਂ ਨੌਨ ਬਲੈਕ ਪੀਪਲ ਔਰ ਉਹਨਾਂ ਦੇ ਕਲਰ ਔਰ ਵਾਈਟ ਯੂ ਨੋ ਪੀਪਲ ਦੀ ਗੱਲ ਕਰਦੇ ਹਾਂ, ਤਾਂ ਉੱਥੇ ਇੱਕ ਜ਼ਰੂਰ ਸਾਨੂੰ ਇਹ ਸਵਾਲ ਪੁੱਛਣਾ ਚਾਹੀਦਾ ਹੈ। Ma'am, non-black people of color and white people need to use their privilege to show what is happening in the country. What would you recommend we do to voice our concerns for the black community? What do you think on that, ma'am? You know, my recommendation always is, and it has been ever since and before I was elected, it's been unification across the board. We have to know who we are as neighbors. We have to know who we are as citizens, as people, as people that come from all over the globe. We have to know each other. So my recommendation is always to get to know your neighbors, even if they don't look like you, even if they don't speak the same language as you. We have to unify. We have to also use the power of the press. Let's write some op-eds about our concerns, about the love that we really have as one people. We're all human beings, and I think that once we really, really, really feel that, we're going to make a lot of progress. I'd like to see people come out and participate in unifying activities across the community. Get involved in civic associations. Get involved in block associations. Get involved in community boards, PTAs, school leadership teams. Get involved so that you know your neighbors, you know who you're living next to, and you know who you want to help and support. ਬਹੁਤ ਵੱਡੀ ਜਾਣਕਾਰੀ ਹੈ ਕਿ ਅਸੀਂ ਪਤਾ ਰਾਬਤਾ ਹੀ ਨਹੀਂ ਕਰਦੇ ਸਾਡੇ ਗੁਆਂਢ 'ਚ ਕੌਣ ਰਹਿੰਦਾ ਹੈ, ਸਾਡਾ ਗੁਆਂਢੀ ਅਗਰ ਯੂ ਨੋ ਵਾਈਟ ਹੈ ਜਾਂ ਬਲੈਕ ਹੈ, ਅਸੀਂ ਉਹਦੇ ਨਾਲ ਇੰਟਰੈਕਟ ਹੀ ਨਹੀਂ ਕਰਨਾ ਚਾਹੁੰਦੇ। ਐਂਡ ਜੋ ਮੇਨ ਚੀਜ਼ ਸਾਨੂੰ ਕਰਨੀ ਚਾਹੀਦੀ ਹੈ, ਨਾ ਕਿ ਸਿਰਫ ਆਪਣੇ ਕਮਿਊਨਿਟੀ ਨੂੰ ਜਾਣੋ, ਜੋ ਸਾਡੀ ਕੌਮ ਤੋਂ ਬਾਹਰ ਹੈਗੀ ਉਹਨਾਂ ਨੂੰ ਵੀ, ਬਟ ਇਨਵੋਲਵ ਹੋਵੋ, ਡਿਫਰੈਂਟ ਐਸੋਸੀਏਸ਼ਨ ਨੂੰ ਜੁਆਇਨ ਕਰੋ, ਅਤੇ ਅਗਰ ਤੁਸੀਂ ਪੋਲੀਟਿਕਲੀ ਆਪਣੀ ਆਵਾਜ਼ ਰੱਖ ਸਕਦੇ ਉਹਦੇ 'ਚ ਵੀ ਇਨਵੋਲਵ ਹੋ। ਬਟ ਇੱਥੇ ਮੈਂ ਜ਼ਰੂਰ ਮਾਰਟਿਨ ਲੂਥਰ ਕਿੰਗ ਜੂਨੀਅਰ ਬਾਰੇ ਪੁੱਛਣਾ ਚਾਹੁੰਦੀ ਹਾਂ। ਕਾਉਂਸਲ ਵੂਮਨ ਐਡਮਸ, If Martin Luther King Jr. was around today, how would he respond to all of this? Oh my goodness. You know, I wrote something down here about Martin Luther King earlier today. So it's very coincidental. Maybe nothing is a coincidence that you asked me this question, but a mid-nationwide protest. Martin Luther King Jr. wrote a speech called The Other America, and I'm going to share a piece of that with you if you don't mind. He said, sure. Certain conditions continue to exist in our society, which must be condemned as vigorously as we condemn riots. But in the final analysis, a riot is the language of the unheard. And what is it that America has failed to hear? It has failed to hear that the promises of freedom and justice have not been met.
and it has failed to hear that large segments of white society are more concerned about the status quo than about justice, equality, and humanity. Social justice and progress are the absolute guarantors of riot prevention. So those are the words of Martin Luther King. I believe that he would have me reiterate them to you this evening as you asked me that question about what he would think about the times and the days that we're living in right now. Thank you so much, ma'am, for joining us tonight. And I think the kind of comments and recommendations you just deliver to the society, it will make a difference, Ashmita. Absolutely. And sadi qaum layi in cheezan nu na ke sirf janna but samajhna te fir implement karna kinna k zaruri hai, especially aj di date vich. Odi gall ise tarah jae rahegi. Break to us par. ब्रेक तो बाद एक बार फिर सारिया का स्वागत तुसी वेख रहे हो प्रोग्राम अज दा मुद्दा ते गल हो रही है उन रायट्स दी उस मूवमेंट दी उस प्रोटेस्ट दी जो एक बारी फिर शुरू हुई एक इनोसेंट अनआर्म्ड अफ्रीकन अमेरिकन दी मौत नू लैके जो हुई एक पुलिस ऑफिसर दी कस्टडी विच तुसी स्क्रीन ते देख सकते हो फोटोज़ के किस तरह ये प्रोटेस्ट ने कितनी वायलेंटली कितनी अहिंसा नाल पूरे यूनाइटेड स्टेट्स दे कब्जा कर लिया है ते हरकीरत हुन सानू लगता है कि अगली स्टेप की होना चाहिए किस तरह आप इस ट्रैजेडी नू लैके अगे वध सकते हैं एज ए सोसाइटी एज अ कंट्री बिल्कुल हुन अश्मिता देखो जिथे लगातार असी पहला दो जंगा लड़ रहे थे तीजी मैं कह सकता कि एक तरीके की साड़ी सिविल सोसाइटी दे विच जंग जिहड़ी है शुरू हो गई yep. एक तरीके की लड़ाई है हर कोई अपने राइट्स लई लड़ रहा है yep. राइट सो उन्हां राइट्स दे विच हुण सानू की सबक लेने चाहिए एज एन इंडिविजुअल एज एन ह्यूमन बीइंग और एज एन यू नो पार्ट ऑफ डिफरेंट डिफरेंट कम्यूनिटीज सो असी अपने दर्शकों तो भी जान लैने काफ़ी सारे कॉलर साडे नाल जुड़े हुए हैं 7187865222 का जिहड़ा नंबर चल रहा तुसीं भी अपने कमेंट दे सकते हो सत श्री अकाल जी तुसीं ओन एयर हो कौन बोल रहे हो कित्थों बोल रहे हो अपनी कम्यूनिटी दे अंदर रेसिज्म आ आपां इंडियन इंडियन नाल रेसिज्म करदे आ ਇਹ ਜਿਹੜੀ ਰੇਸਿਸਟ ਦੀ ਬਿਮਾਰੀ ਆ ਇਹ ਸਾਰੇ ਵਰਲਡ ਦੇ ਅੰਦਰ ਹੀ ਆ ਪਰ ਅਮਰੀਕਾ ਦੇ ਅੰਦਰ ਅੱਜ ਟਾਈਮ ਦੇ ਵਿੱਚ ਇਹ ਤਾਂ ਜ਼ਿਆਦਾ ਇੰਨਾ ਐਕਸਪਲੋਰ ਹੋ ਰਿਹਾ ਕਿਉਂਕਿ ਇਹਦੇ ਵਿੱਚ ਵਾਈਟ ਕਮਿਊਨਿਟੀ ਵੀ ਐਂਟਰ ਕਰ ਗਈ ਆ ਕਿਉਂਕਿ ਉਹ ਰੇਸਿਜ਼ਮ ਦੇ ਉਹ ਵੀ ਸ਼ਿਕਾਰ ਆ ਕਿਉਂਕਿ ਇਹ ਪੋਲੀਟਿਕਸ ਦੇ ਕਾਲਿਆਂ ਦੇ ਕਰਕੇ ਆਪਾਂ ਨਾ ਇਸ ਚੀਜ਼ ਤੋਂ ਐਸਕੇਪ ਕਰਨ ਦੀ ਕੋਸ਼ਿਸ਼ ਕਰਦੇ ਕਹਿੰਦੇ ਨਹੀਂ ਨਹੀਂ ਵੀ ਆਰ ਆਲਸੋ ਸਾਡੇ ਨਾਲ ਵੀ ਰੇਸਿਜ਼ਮ ਹੋ ਰਿਹਾ ਆ ਸਾਡੇ ਨਾਲ ਵਾਈਟ ਰਿਚ ਪੀਪਲ ਪੂਅਰ ਮਿਡਲ ਕਲਾਸ ਗੋਰਿਆਂ ਨਾਲ ਰੇਸਿਜ਼ਮ ਹੋ ਰਿਹਾ ਆ ਏਸ਼ੀਅਨ ਏਸ਼ੀਅਨ ਨਾਲ ਕਰ ਰਹੇ ਆ ਇਸ ਕਰਕੇ ਇਹ ਵੱਡੇ ਕਲਾਈਮੈਕਸ ਤੇ ਦੇਖਣ ਦੀ ਲੋੜ ਆ ਇਹ ਜਿਹੜੀ ਮੂਵਮੈਂਟ ਚੱਲੀ ਆ ਨਾ ਜੀ ਇਹ ਅਮਰੀਕਾ ਦੇ ਅੰਦਰ ਇਸ ਟਾਈਮ ਇਹ ਰੇਸਿਜ਼ਮ ਦਾ ਐਂਡ ਹੋਣ ਜਾ ਰਿਹਾ ਕਿਉਂਕਿ ਇਹਦੇ ਵਿੱਚ ਹਰ ਏਸ਼ੀਅਨ ਨੇਟਿਵ ਅਮੈਰੀਕਨ ਬਲੈਕ ਅਮੈਰੀਕਨ ਤਾਂ ਹੈ ਹੀ ਹੈ ਵਾਈਟ ਅਮੈਰੀਕਨ ਜਿਹੜੀ ਯੰਗ ਜਨਰੇਸ਼ਨ ਆ ਉਹ ਬਹੁਤ ਅੱਗੇ ਆਈ ਆ ਇਸ ਕਰਕੇ ਇਹ ਹੋਪਫੁਲੀ ਇਹ ਲੱਗਦਾ ਵੀ ਇਹ ਲਾਸਟ ਫਾਈਟ ਹੋਊਗੀ ਰੇਸਿਜ਼ਮ ਦੀ ਉਸ ਤੋਂ ਬਾਅਦ ਅਮਰੀਕਾ ਦੇ ਅੰਦਰ ਰੇਸਿਜ਼ਮ ਖਤਮ ਹੋ ਜਾਊਗਾ ਜੀ ਮਿਹਰਬਾਨੀ ਤੁਹਾਡੀ ਤੁਸੀਂ ਸਾਡੇ ਨਾਲ ਜੁੜੇ ਸਾਡੇ ਨਾਲ ਹੋਰ ਵੀ ਕਾਲਰਸ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ Hello. My name is Josie from Idaho. Sashikal. Sashikal. Actually, I just wanted to point out, like, I'm not sure if Amir or whatever her name is, she said it in the beginning, but how she said that some people are thinking Black Lives Matter, ki saadi lives nahi matter kardi. So I just wanted to point out ki, like Black Lives Matter is a thing because they have been being targeted for a very long time and like jab apne tinna nyane de sach lagi hove ab ta tinna de thodi bandages karange jinna de utte jyada hurt aa ode bandage karange so I just wanted to point out ke apa inda nahi keh sakde ki sare lives matter karde like obviously karde par right now black lives target ho rahe ne so is karke hi sare black lives matter kar rahe ne and I completely agree ke jo ho rahe hai right now with the riots is not good and it shouldn't be going on But there are some people who are doing the right thing, and I feel like the media is taking a part in showing the bad stuff instead of the good stuff. जी ज्योति जी थोड़े कॉमेंट बहुत ही तुसी एग्जैक्टली टू द पॉइंट एक गल नोट की दैट क्यों ब्लैक लाइव्स मैटर स्पेसिफिकली ओ मैसेजिंग इन्नी वध चढ़ के प्रमोट हो रही है वो सेंटर च हैगी इस पूरी प्रोटेस्ट दी एंड आई ऑलसो अग्री विद यू दैट भावें ये जो डिस्ट्रक्टिवनेस हैगी इन प्रोटेस्ट दी इन रायट्स दी कोई अज दी डेट विच पॉजिटिव चीज़ नहीं ऐड कर रही इस मूवमेंट दे विच बट द पॉइंट इज़ कि उन्नू लैके कन्वर्सेशन हो रही है
ਵੱਡੇ ਲੈਵਲ ਤੇ ਐਂਡ ਦ ਵੇ ਏਡਰੀਅਨ ਐਡਮਸ ਸੈਡ ਕਿ ਰਾਇਟਸ ਆਰ ਦ ਵੌਇਸ ਆਫ ਦੋਸ ਹੂ ਡੋਨਟ ਹੈਵ ਅ ਵੌਇਸ ਸੋ ਅੱਜ ਦੀ ਡੇਟ ਵਿੱਚ ਜਦੋਂ ਅਫਰੀਕਨ ਅਮਰੀਕਨਸ ਨਾਲ ਇੰਨਾ ਵਿਤਕਰਾ ਹੋ ਰਿਹਾ ਜਿੱਥੇ ਅਗਰ ਉਹ ਉਸੇ ਸਿਚੁਏਸ਼ਨ ਵਿੱਚ ਕੋਈ ਨਾਨ ਅਫਰੀਕਨ ਅਮਰੀਕਨ ਹੁੰਦਾ ਸ਼ਾਇਦ ਉਹਨਾਂ ਦੀ ਜਾਨ ਬਚਦੀ ਇਹਨਾਂ ਦੇ ਨਾਲ ਇਸ ਤਰ੍ਹਾਂ ਨਹੀਂ ਹੋ ਰਿਹਾ ਸਾਡੇ ਨਾਲ ਹੋਰ ਵੀ ਕਾਲਰ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਹਾਂਜੀ ਹਰਕੀਰਤ ਸਿੰਘ ਜੀ ਅਤੇ ਅਸ਼ਮੀਤਾ ਜੀ ਮੈਂ ਗੁਰਦੀਪ ਸਿੰਘ ਸੰਦਰ ਜੀ ਬੋਲ ਰਿਹਾ ਜੀ ਮੇਰੇ ਦਿਲ ਦੇ ਝਰੋਖੇ 'ਚ ਕੁਝ ਬਲਬਲੇ ਨੇ ਜੋ ਆਪ ਜੀ ਨਾਲ ਇੰਡੀਆ ਦੇ ਵਿਚ ਵੀ ਕਮਿਊਨਿਟੀ ਜਿਹੜੀ ਘੱਟ ਗਿਣਤੀਆਂ ਉਹਨਾਂ ਨਾਲ ਹੁੰਦਾ ਇੱਥੇ ਵੀ ਹੋ ਰਿਹਾ ਪਰ ਤੁਹਾਨੂੰ ਆਪਣੇ ਚੰਗੇ ਕੰਮਾਂ ਦੁਆਰਾ ਦੂਜੇ ਦੇ ਲੋਕਾਂ ਨੂੰ ਜਿੱਤਣਾ ਪਏਗਾ ਜਿੱਦਾਂ ਕਿ ਸਾਡੀ ਸਿੱਖ ਕਮਿਊਨਿਟੀ ਕਰ ਰਹੀ ਹੈ ਪ੍ਰੈਕਟੀਕਲੀ ਅਸੀਂ ਕਿੰਨੇ ਚੰਗੇ ਕੰਮ ਕਰਦੇ ਹਾਂ ਸਮਾਜ ਸੇਵਾ ਦੇ ਲਈ ਕਿੰਨਾ ਕੁਛ ਵਧੀਆ ਕਰਦੇ ਹਾਂ ਸੋ ਇਹ ਸਾਰੇ ਕੰਮ ਜਿੰਨਾ ਚਿਰ ਕੋਈ ਵੀ ਕਮਿਊਨਿਟੀ ਨੂੰ ਜੇ ਉੱਪਰ ਉੱਠਣਾ ਆ ਦੂਜੇ ਦੇ ਦਿਲਾਂ ਵਿੱਚ ਜਗ੍ਹਾ ਬਣਾਉਣੀ ਪਵੇਗੀ ਦੂਜੇ ਦੇ ਦਿਲਾਂ ਵਿੱਚ ਜਗ੍ਹਾ ਇਸੇ ਤਰ੍ਹਾਂ ਹੀ ਬਣਾਗੀ ਬਣੇਗੀ ਜਿਸ ਤਰ੍ਹਾਂ ਸਿੱਖ ਕਮਿਊਨਿਟੀ ਜਾਂ ਹੋਰ ਕਮਿਊਨਿਟੀਜ਼ ਵੀ ਕਰਦੀਆਂ ਨੇ ਸੋ ਅਸੀਂ ਦੇਖਿਆ ਆ ਕਿ ਜਿਹੜੇ ਅਫਰੀਕਨ ਲੋਕ ਹੈ ਇਹ ਜ਼ਿਆਦਾ ਜੇਲ੍ਹਾਂ ਵਿੱਚ ਕਿਉਂ ਨੇ ਇਹ ਕ੍ਰਾਈਮ ਵੀ ਜ਼ਿਆਦਾ ਕਰਦੇ ਨੇ ਇਹ 'ਚ ਕੋਈ ਸ਼ੱਕ ਨਹੀਂ ਹੈ ਸੋ ਇਹਨਾਂ ਨੂੰ ਵੀ ਥੋੜ੍ਹਾ ਜਿਹਾ ਸੁਧਰਨਾ ਪਏਗਾ ਇਹਨਾਂ ਨੂੰ ਵੀ ਇਹਨਾਂ ਦੀ ਇੱਕ ਤਾਂ ਐਜੂਕੇਸ਼ਨ ਵੱਲੋਂ ਥੋੜ੍ਹੀ ਘਾਟ ਹੈ ਇਹਨਾਂ ਦੀ ਗਰੀਬੀ ਨੂੰ ਗੌਰਮੈਂਟ ਨੂੰ ਉੱਪਰ ਚੱਕਣਾ ਪਏਗਾ ਤਾਂ ਕਿ ਇਹ ਤਬਕਾ ਵੀ ਥੋੜ੍ਹਾ ਬਰਾਬਰੀ 'ਚ ਆ ਜਾਏ ਇਹ ਪੜ੍ਹ ਲਿਖਣ ਵੀ ਚੰਗੇ ਲੱਗ ਜਾਣ ਤੇ ਇਹਨਾਂ ਨੂੰ ਵੀ ਥੋੜ੍ਹਾ ਦੂਜਿਆਂ ਨਾਲ ਮਿਲ ਕੇ ਚੱਲਣਾ ਪਏਗਾ ਇਹ ਸਾਡੇ ਹਰੇਕ ਕਮਿਊਨਿਟੀ ਲਈ ਲਾਗੂ ਹੈ ਕਿ ਆਪਣੇ ਜਿਸ ਤਰ੍ਹਾਂ ਤੁਸੀਂ ਕਿਹਾ ਹਰਕੀਰਤ ਜੀ ਤੇ ਅਸ਼ਮੀਤਾ ਜੀ ਨੇ ਕਿਹਾ ਗੁਆਂਢੀਆਂ ਨੂੰ ਅਸੀਂ ਗੁਆਂਢੀ ਨਹੀਂ ਜਾਣਦੇ ਕੌਣ ਹੈ ਸੋ ਇਹ ਜਾਣਨਾ ਜ਼ਰੂਰੀ ਹੈ ਉਹਨਾਂ ਨੂੰ ਆਪਣੇ ਫੰਕਸ਼ਨ ਤੇ ਬੁਲਾਓ ਇਹ ਨਹੀਂ ਅਸੀਂ ਸਿੱਖਾਂ ਤੋਂ ਸਿੱਖਾਂ ਨੂੰ ਬੁਲਾਈਏ ਆਪਣੇ ਦੋ ਚਾਰ ਗੁਆਂਢੀਆਂ ਨੂੰ ਵੀ ਬੁਲਾਓ ਇਹਨਾਂ ਨਾਲ ਮੇਲ ਜੋਲ ਰੱਖੋ ਇਹਨਾਂ ਨਾਲ ਆਪਣਾ ਰਾਬਤਾ ਕਾਇਮ ਰੱਖੋ ਜੀ ਜੀ ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੈ ਇਹ ਤੁਹਾਨੂੰ ਜਲਦੀ ਦੂਜੇ ਦੇ ਕਲੋਜ਼ ਲਿਆਉਣਗੀਆਂ ਇਹ ਤੁਹਾਡੀ ਨਫ਼ਰਤ ਘੱਟ ਕੇ ਪਿਆਰ ਵਿੱਚ ਬਦਲ ਜਾਏਗੀ ਆਈ ਥਿੰਕ ਇਟਸ ਅ ਵੈਰੀ ਵੈਲਿਡ ਜੀ ਜੀ ਸੰਦਰ ਸਾਹਿਬ ਮੀਟਿੰਗਸ ਕਰੀਏ ਸਾਂਝੇ ਪ੍ਰੋਗਰਾਮ ਬਣਾਈਏ ਉਹੀ ਹੈ ਥੈਂਕ ਯੂ ਜੀ ਥੈਂਕ ਯੂ ਸੰਦਰ ਸਾਹਿਬ ਤੁਸੀਂ ਸਾਨੂੰ ਜੁਆਇਨ ਕੀਤਾ ਸਵਾਲ ਇੱਥੇ ਇਹੀ ਬਣਦਾ ਅਸ਼ਮਿਤਾ ਮੈਨੂੰ ਗੱਲ ਯਾਦ ਆਉਂਦੀ ਹੈ ਉਹ ਗੱਲ ਮੈਂ ਸ਼ਾਇਦ ਲੱਗਦਾ ਬ੍ਰੇਕ ਤੋਂ ਬਾਅਦ ਸੁਣਾਵਾਂਗਾ ਪਰ 7187862222 ਤੇ ਤੁਸੀਂ ਕਾਲ ਕਰਕੇ ਸਾਡੇ ਨਾਲ ਆਪਣੀ ਗੱਲ ਸਾਂਝੀ ਕਰ ਸਕਦੇ ਹੋ ਬਹੁਤ ਵੱਡੀ ਗੱਲ ਹੈ ਕਿ ਸਾਨੂੰ ਆਪਣਾ ਆਪ ਦਾ ਪਿਆਰ ਖੁਦ ਬਣਾਉਣਾ ਪੈਣਾ ਸਾਨੂੰ ਸਾਡੇ ਗੁਆਂਢੀ ਬਾਰੇ ਪਤਾ ਹੋਣਾ ਚਾਹੀਦਾ ਕਿ ਸਾਡੇ ਗੁਆਂਢ ਦੇ ਵਿੱਚ ਕੌਣ ਰਹਿੰਦਾ ਕੋਈ ਘਰ ਦੇ ਵਿੱਚ ਛੋਟਾ ਮੋਟਾ ਅਸੀਂ ਈਵੈਂਟ ਕਰਦੇ ਹਾਂ ਤਾਂ ਵੀ ਸ਼ੁੱਡ ਇਨਵਾਈਟ ਦੈਮ ਰਾਈਟ ਅਸੀਂ ਆਪਣੀ ਕਮਿਊਨਿਟੀ ਦੇ ਵਿੱਚ ਇਨਵੋਲਵ ਹੀ ਨਾ ਰਹੀਏ ਲੈਟਸ ਆਲਸੋ ਲਰਨ ਯੂ ਨੋ ਦੀ ਅਦਰ ਕਮਿਊਨਿਟੀਜ਼ ਦੇਅਰ ਕਲਚਰ ਦੇਅਰ ਟ੍ਰੈਡੀਸ਼ਨ ਯੂ ਨੋ ਦੇਅਰ ਲੈਂਗੁਏਜਸ ਸੋ ਇੱਕ ਤਰੀਕੇ ਨਾਲ ਜਿਵੇਂ ਅਸੀਂ ਡਾਇਵਰਸਿਟੀ ਦੀ ਗੱਲ ਕਰਦੇ ਹਾਂ ਉਹ ਘਰ ਤੋਂ ਹੀ ਸ਼ੁਰੂਆਤ ਹੁੰਦੀ ਹੈ ਇਸ ਮੁੱਦੇ ਨੂੰ ਇਸੇ ਤਰੀਕੇ ਨਾਲ ਰੱਖਾਂਗੇ ਜਾਰੀ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਅਤੇ ਗੱਲ ਇੱਥੇ ਲਗਾਤਾਰ ਹੋ ਰਹੀ ਹੈ ਕਿ ਬਈ ਸਾਨੂੰ ਕਾਲਰਸ ਨੇ ਵੀ ਕਾਲ ਕਰਕੇ ਕਿਹਾ ਕਿ ਬਲੈਕ ਲਾਈਵਸ ਮੈਟਰ ਔਰ ਨੋਟ ਇੱਕ ਸਵਾਲ ਵੱਡਾ ਬਣਦਾ ਚਲੋ ਇੱਥੇ ਅਸੀਂ ਇੱਕ ਸਾਰੀ ਗੱਲਾਂ ਨੂੰ 2 ਮਿੰਟ ਦੇ ਲਈ ਰੱਖ ਦਿੰਦੇ ਹਾਂ ਕਿ ਠੀਕ ਹੈ ਜੋ ਤੁਸੀਂ ਸੋਚ ਰਹੇ ਹੋ ਉਹ ਤੁਹਾਡੀ ਵਿਚਾਰਧਾਰਾ ਦੇ ਨਾਲ ਯੂ ਨੋ ਰਿਲੇਟ ਕਰਦੀ ਹੈ ਕਿ ਨਹੀਂ ਪਰ ਇੱਥੇ ਸਵਾਲ ਵੱਡੇ ਇਹ ਬਣ ਜਾਂਦੇ ਨੇ ਉਹਦੇ ਉੱਤੇ ਅਸ਼ਮਿਤਾ ਵੀ ਵਿਸਥਾਰ ਦੇ ਵਿੱਚ ਤੁਹਾਨੂੰ ਦੱਸਣਗੇ ਕਿ ਅੱਜ ਅਸੀਂ ਇੱਕ ਐਟੀਟਿਊਡ ਰੱਖਿਆ ਹੋਇਆ ਕਿ ਜੋ ਇਹ ਕਹਿ ਰਿਹਾ ਬਿਲਕੁਲ ਠੀਕ ਕਹਿ ਰਿਹਾ ਹੈ ਜੋ ਇਹ ਕਹਿ ਰਿਹਾ ਕੌਣ ਕਹਿ ਰਿਹਾ ਔਰ ਜਦੋਂ ਕਹਿੰਦਾ ਤਾਂ ਕੀ ਕਹਿੰਦਾ ਔਰ ਸਾਨੂੰ ਉਸ ਟਾਈਮ ਕੀ ਸੋਚਣਾ ਚਾਹੀਦਾ ਔਰ ਕੀ ਜਵਾਬ ਦੇਣਾ ਚਾਹੀਦਾ ਇਹ ਸਵਾਲ ਵੱਡਾ ਅਸ਼ਮਿਤਾ ਇੱਥੇ ਆ ਬਣਦਾ ਯੂ ਨੋ ਜੋ ਚੀਜ਼ 'ਤੇ ਮੈਂ ਸਪੈਸੀਫਿਕਲੀ ਕਮੈਂਟ ਕਰਨਾ ਚਾਹੁੰਦੀ ਜਿਸ ਤਰ੍ਹਾਂ ਸਾਡੇ ਕਾਲਰ ਨੇ ਕਿਹਾ ਕਿ ਅਫਰੀਕਨ ਅਮੈਰੀਕਨ ਕਮਿਊਨਿਟੀ ਵਿੱਚ ਤੁਹਾਨੂੰ ਕ੍ਰਾਈਮ ਜ਼ਿਆਦਾ ਦੇਖਣ ਨੂੰ ਮਿਲਦਾ ਹੈ ਐਜੂਕੇਸ਼ਨ ਦੇ ਲੈਵਲ ਕਮ ਹੁੰਦੇ ਹੈ ਯੂ ਨੋ ਪੋਵਰਟੀ ਜ਼ਿਆਦਾ ਹੁੰਦੀ ਹੈ ਇਸ ਤਰ੍ਹਾਂ ਦੀ ਚੀਜ਼ਾਂ ਹੁੰਦੀਆਂ ਅਤੇ ਉਹਨਾਂ ਨੂੰ ਆਪਣੇ ਆਪ ਨੂੰ ਸੁਧਾਰਨਾ ਚਾਹੀਦਾ ਇਸ ਸਿਚੁਏਸ਼ਨਸ ਕਰਕੇ ਉਹਨਾਂ 'ਤੇ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਹੈ ਜ਼ਿਆਦਾ ਕਿਲਿੰਗਸ ਹੋਮਸਾਈਡਸ ਪੁਲਿਸ ਬਰੂਟੈਲਿਟੀ ਯੂ ਨੇਮ ਇਟ ਜੋ ਤੁਸੀਂ ਕਹਿ ਲਓ ਰਾਈਟ ਬਟ ਉਸ ਤੋਂ ਪਹਿਲੇ ਸਾਨੂੰ ਇਹ ਪੁੱਛਣਾ ਚਾਹੀਦਾ ਕਿ ਇਹ ਜੋ ਸਿਚੁਏਸ਼ਨਸ ਦੇ ਵਿੱਚ ਅਫਰੀਕਨ ਅਮੈਰੀਕਨ ਕਮਿਊਨਿਟੀਜ਼ ਨੂੰ ਪਾਇਆ ਜਾਂਦਾ ਹੈ ਉਹ ਉਹਨਾਂ ਦੀ ਗਲਤੀ ਹੈ ਜਾਂ ਉਹ ਸਿਚੁਏਸ਼ਨ ਹੀ ਉੱਦਾਂ ਦੀ ਕ੍ਰੀਏਟ ਹੋਈ ਹੈ ਇਸ ਚੀਜ਼ ਨੂੰ ਇਸ ਕੰਟਰੀ ਵਿੱਚ ਕਿਹਾ ਜਾਂਦਾ ਹੈ ਸਿਸਟੈਮਿਕ ਰੇਸਿਜ਼ਮ ਰੇਸਿਜ਼ਮ ਖਾਲੀ ਸਿਰਫ ਵਨ ਇੰਡੀਵਿਜੁਅਲ ਟੂ ਅਨਦਰ ਨਹੀਂ ਹੁੰਦੀ ਰੇਸਿਜ਼ਮ ਇਨ ਬਿਲਟ ਸਿਸਟਮ ਵਿੱਚ ਵੀ ਹੋ ਸਕਦੀ ਹੈ ਕਿ ਉਹੀ ਓਪਰਚੁਨਿਟੀ ਅਗਰ ਇੱਕ ਅਫਰੀਕਨ ਅਮੈਰੀਕਨ ਨੂੰ ਦਿੱਤੀ ਗਈ ਅਤੇ ਇੱਕ ਵਾਈਟ ਇੰਡੀਵਿਜੁਅਲ ਨੂੰ ਦਿੱਤੀ ਗਈ ਕਿ ਉਹ ਵਾਈਟ ਨੂੰ ਜਾਊਗੀ
इनक्वालिटी ए सिस्टेमिक रेसिज्म जिस तरह की कंडीशनस क्रिएट करती है अफ्रीकन अमेरिकन कम्यूनिटी लिए उन सिचुएशनस में उन्होंने ज़्यादा एक्सपोजर होंगे क्राइम का पुलिस का ड्रग्स का लैक ऑफ एजुकेशन का सारी चीज़ा तुसी ए नहीं कह सकते खाली कि किसी की गलती उन्होंने इंप्रूव करनी चाहिए है जो सिस्टम जिदे चो रह रहे उदे विच भी कुछ इंप्रूवमेंट होनी चाहिए इस चीज़ लिए इस करके ए इन्ने वड्डे लेवल ते प्रोटेस्ट इस कंट्री विच देखने नू मिल रही है बिल्कुल एंड इट्स इंपॉर्टेंट टू नोट दैट द मिसट्रीटमेंट दैट ब्लैक कम्यूनिटीज फेस इन दिस कंट्री इज अनलाइक अदर आप इस गल जरूर इस करके करके कहने क्योंकि कई सारे इंसीडेंट्स असी वेखे अज अगर एक ब्लैक कम्यूनिटी अपनी आवाज़ उठाती है तो कुछ तशद्दुदां उन्होंने नाल हो रही हैं जिस करके अज उन्होंने आवाज़ उठानी शुरू की है सो जिवें असी लगातार इस प्रोग्राम के जरिए और शुरुआत तो तुहानू ए कह रहे हैं कि साडा मुद्दा ए नहीं हैगा कि इट्स अ यू नो ब्लैक कम्यूनिटी वर्सिज वाइट कम्यूनिटी इट्स रेसिस्ट वर्सिज एवरी वन एल्स राइट अजे किसी नाल भी हो सकता राइट पर उन्होंने अपनी आवाज़ नू बुलंद करना शुरू किया और रेवोल्यूशन उन्होंने किया 2012 दे विच शुरुआत की लोड़ क्यों पई और सिर्फ यही नहीं कई सारे जिहड़े ब्लैक कम्यूनिटी के लीडर्स ने उन्होंने असैसीनेशन उन्हों का क्यों होया एक वड्डे सवाल बनते हैं तो कि एक डोमीनेटिंग सोसाइटी है साड़ी कंट्री दे विच जो कि अपनी आवाज़ नू या फिर एक कम्यूनिटी नू बोलन नहीं देंदी सो ये उत्ते आप विचार लगातार कर रहे हैं सानू कॉलर्स भी जुड़े हुए हैं सत श्री अकाल जी तुसी आउने हो कौन बोल रहे हो कितों बोल रहे हां भाई मैं बोल रहा मेरा नाम है सुखबीर सिंह जी सुखबीर मैं बोल रहा टैक्स सिस्टम जी सुखबीर जी की कहना चाहोगे हां जी भाई मैं ये कहना चाहना है कि जड़ी यह इशू अराइज हुई है ना एदा एक ही सलूशन है जड़ा जड़ा मैं आई मीन जड़ा मेरा आईडिया है सलूशन दा ये हैगा कि जड़ा अमी पॉल्स ने कीता है वो गलत कीता है अनशरेआम दीदा है क्योंकि ये वीडियो भी देखे उन्होंने अपना ਗੂਟਾ ਰੱਖਿਆ ਆ ਉਹਦੇ ਉੱਤੇ ਏਦਾਂ ਨਹੀਂ ਕਰਨਾ ਚਾਹੀਦਾ ਸੀਗਾ ਇਹਨਾਂ ਨੂੰ ਤੇ ਇਹ ਇਸ਼ੂ ਏਦਾਂ ਹੀ ਸੋਲਵ ਹੋਣਾ ਆ ਵੀ ਵਾਇਲੈਂਸ ਇਹ ਆਂਸਰ ਨਹੀਂਗਾ ਵਾਇਲੈਂਸ ਜਿੰਨਾ ਮਰਜ਼ੀ ਤੁਸੀਂ ਡੀਲਰਸ਼ਿਪਾਂ ਤੋੜੀ ਜਾਓ ਜਾਂ ਆਪਣੇ ਸਟੋਰ ਲੁੱਟੀ ਜਾਓ ਇਹਦਾ ਆਂਸਰ ਇਹ ਨਹੀਂਗਾ ਜਸਟਿਸ ਕੈਨ ਨਾਟ ਬੀ ਵਨ ਯੂ ਨੋ ਜੀ ਦੀ ਓਨਲੀ ਵੇ ਇਹ ਜਿੱਤ ਸਕਦੇ ਆ ਜੇ ਇਹ ਆਪਣੇ ਰਲ ਕੇ ਬਹਿ ਕੇ ਚੰਗੀ ਤਰ੍ਹਾਂ ਗੱਲ ਕਰਨ ਦੈਟਸ ਦੀ ਓਨਲੀ ਵੇ खुशी दी लहर वेखण नू मिली सीगी ते एदा मन उहनां दे मन दे विच कोई बुलबुले सीगे जिहड़े प्रेजिडेंट ओबामा दे टाइम बार आए सो वो बुलबुले उसी टाइम बार नहीं है काफ़ी लंबे समय तो यह बुलबुले चल रहे हैं पर वो बुलबुले बार ता ही आते हैं कि जब अजे ही कोई इंसीडेंट होंगे सो जॉर्ज फ्लोड के नाल जिहड़ी गल हुई जिहड़ा घटना वापरी उहदे नाल सो वो गल जिहड़ी है उन्हां दी बार सामने आई कि साडे नाल वाकई ही डिस्क्रिमिनेशन हो रही है अज आपां एक गल नूं जरूर कह रहे हैं कमेंट्स भी फेसबुक के उत्ते दे रहे हैं कि यह तो दुकाना लुट रहे हैं बिजनेसिस नूं सफर कर रहे हैं सो आपां किसी के उत्ते भी एक जिहड़ा हैगा सवालिया निशान नहीं चक सकते कई सारी वीडियोज़ अश्मिता मैं वेखियां उहदे विच मैं आप वेख रहा कि बई जिथे पीसफुल प्रोटेस्ट हो रहे हैं उत्थे पुलिस आके आंसू गैस दी गोली छड़ रही है राइट उत्थे तुसी स्प्रे कर रहे हो आके तुसी उहनां नूं पंप कर रहे हो कि ठीक है हुण तुसी भगदड़ मचाओ तो असीं तुहाडे उत्थे लाठी चार्ज माफी चाहवांगा लाठी चार्ज इंडिया की सानू याद आ जाती क्योंकि प्रोटेस्ट उत्थे भी बकायदा बड़े जोर से होंदा पर तुहाडे उत्ते जिहड़ी है तशद्दुद वेखण नूं मिलदी है सो राइट सो एक लंबे समय तो एक कोई ना कोई उन्होंने मन दे विच गल सी साडे नाल होर भी कॉलर जुड़े हुए ने सत श्री अकाल जी तुसी ऑन एयर हो कौन बोल रहे हो कित्थों बोल रहे हो हां जी सत श्री अकाल जी मैं जी क्लार बोल रहा हां एवलिन टेक्सास तो जी जी की कहना चाहोगे मेरे विचार जी टोटली तुहाडे नालों गलत है डिस्क्रिमिनेशन वाली तो कोई गल ही नहीं इहदे विच है जी ਕੀ ਲੱਗਦਾ ਤੁਹਾਨੂੰ ਤੁਸੀਂ ਮੈਨੂੰ ਜਵਾਬ ਦਿਓ ਮੈਂ ਤੁਹਾਨੂੰ ਸੁਣ ਰਿਹਾ ਮੈਂ ਥੋਤੋਂ ਜਵਾਬ ਮੰਗਣਾ ਇੱਕ ਪੁਲਿਸ ਅਫੀਸਰ ਦੀ ਡਿਊਟੀ ਕੀ ਆ ਜੀ ਜਿਸ ਤਰ੍ਹਾਂ ਪੁਲਿਸ ਅਫੀਸਰ ਡਿਊਟੀ ਕਰਦਾ ਤੇ ਉਹਨੂੰ ਉਹ ਬੰਦਾ ਨੂੰ ਉਹਨੇ ਕੈਚ ਕੀਤਾ ਉਹ ਬੰਦਾ ਕੈਚ ਕੀਤਾ ਉਸ ਤੋਂ ਬਾਅਦ ਹੈਪਨ ਸਿੱਖ ਸੀ ਉਹ ਜਾਂ ਕੁਛ ਸੀ ਹਰਟ ਦਾ ਪੇਸ਼ੈਂਟ ਸੀ ਉਹ ਮਰ ਗਿਆ ਜੇ ਉਹਨੇ ਕੋਈ ਗਲਤੀ ਕੀਤੀ ਤਾਂ ਪੁਲਿਸ ਆਈ ਜੇ ਗਲਤੀ ਕੀਤੀ ਤਾਂ ਪੁਲਿਸ ਆਈ ਨਹੀਂ ਪੁਲਿਸ ਤੁਰੇ ਜਾਂਦੇ ਬੰਦੇ ਨੂੰ ਨਾ ਕਿਸੇ ਨੂੰ ਕਹਿ ਦਿੰਦੀ ਓਕੇ ਲਾਸਟ ਈਅਰ ਸੰਦੀਪ ਸੰਧੂ ਹੂਸਟਨ ਮਾਰਿਆ ਤੇ ਉਹ ਅੱਗੇ ਸੰਦੀਪ ਧਾਲੀਵਾਲ ਜੀ ਹਾਂ ਜੀ ਰਵੇ ਉਹਨਾਂ ਦੇ ਮੂਰੇ ਜੀ ਹੁਣੇ ਪ੍ਰੋਟੈਸਟ ਆ ਕਿ ਇਹ ਸਟੋਰਾਂ ਨੂੰ ਅੱਗ ਲਾ ਕੇ ਲੁੱਟਦੇ ਆ ਪ੍ਰੋਟੈਸਟ ਕਰਨ ਨਾ ਕਿ ਇਹ ਲੁੱਟਣ ਇਹਦੇ ਚ ਕੋਈ ਇਹ ਜਿਹੜਾ ਤੁਸੀਂ ਕਹਿੰਦੇ ਹੋ ਡਿਸਕ੍ਰਿਮੀਨੇਸ਼ਨ ਵਾਲੀ ਕੋਈ ਗੱਲਬਾਤ ਨਹੀਂ ਉਹਨੇ ਆਪ ਤੇ ਤੁਹਾਨੂੰ ਕੀ ਲੱਗਦਾ ਕੌਣ ਜਿਹੜਾ ਹੈਗਾ ਅੱਗ ਲਾ ਰਿਹਾ
ਤੁਸੀਂ ਕਿਹਾ ਕਿ ਇਹ ਜਿਹੜੇ ਕਰ ਰਹੇ ਨੇ, ਬਾਰੇ ਲਾ ਰਹੇ ਆ, ਇਹ ਤੁਸੀਂ ਕਿਹਨਾਂ ਨੂੰ ਕਹਿੰਦੇ ਹੋ ਕਿ ਇਹ ਜਿਹੜੇ ਕਰ ਰਹੇ ਨੇ, ਤੁਹਾਨੂੰ ਕੀ ਲੱਗਦਾ? ਬਾਰੇ ਕਰ ਰਹੇ ਆ, ਹਾਂਜੀ, ਵਿਹਲੇ ਬੈਠੇ, ਵਿਹਲੇ ਬੈਠੇ ਚੰਗੇ ਚੱਕੇ ਸਟੋਰਾਂ ਚੋਂ ਸਮਾਨ ਚੱਕ ਕੇ ਲੁੱਟ ਕੇ ਭੱਜਣ ਦੇ ਬਾਰੇ ਕਰ ਰਹੇ, ਕੋਈ ਕਿਸੇ ਨੂੰ ਉਹਦੇ ਨਾਲ ਹਮਦਰਦੀ ਨਹੀਂ। ਕੌਣ ਕਰ ਰਿਹਾ, ਕੌਣ ਕਰ ਰਿਹਾ? ਮੈਂ ਉਹੀ ਸਵਾਲ ਹੈ, ਤੁਸੀਂ ਵੀਡੀਓਜ਼ ਵੇਖ ਰਹੇ ਹੋਣੇ ਹੋ, ਕੌਣ ਕਰ ਰਿਹਾ ਕਿ ਇਹ ਕਰ ਰਹੇ ਨੇ? ਇਹ ਆਪਾਂ ਕਿਹਨਾਂ ਨੂੰ ਕਹਿ ਰਹੇ ਹਾਂ? ਜਿਹੜੇ ਜਿਹੜੇ ਲੋਕ ਕਰ ਰਹੇ ਆ ਤੁਹਾਡੇ ਸਾਹਮਣੇ, ਉਹ ਲੋਕ ਕੌਣ ਨੇ? ਤੁਹਾਡੇ ਸਾਹਮਣੇ ਜਿਹੜੇ ਕਰ ਰਹੇ ਆ ਉਹ ਲੋਕ ਕੌਣ ਨੇ, ਤੁਹਾਨੂੰ ਕੀ ਲੱਗਦਾ? ਉਹ ਲੋਕ, ਉਹ ਬੰਦੇ ਆ, ਉਹ ਤੁਸੀਂ ਦੱਸੋ ਕੌਣ ਆ ਜਿਹੜਾ ਮੇਤੋਂ ਕੌਣ ਆ? ਉਹੀ ਤਾਂ ਦੱਸ ਰਿਹਾ, ਉਹੀ ਤਾਂ ਦੱਸ ਰਿਹਾ ਤੁਹਾਨੂੰ, ਉਹੀ ਤਾਂ ਦੱਸ ਰਿਹਾ ਕਿ ਉਹ ਲੋਕ ਜਿਹੜੇ ਨੇ, ਆਪਾਂ ਇੱਕ ਵੀ ਕਮਿਊਨਿਟੀ ਦੇ ਉੱਤੇ ਇਲਜ਼ਾਮ ਨਹੀਂ ਲਾ ਸਕਦੇ ਕਿ ਬਈ ਅੱਜ ਇਹਨਾਂ ਦੇ ਨਾਲ ਧੱਕਾ ਹੋਇਆ ਤਾਂ ਉਹੀ ਲੋਕ ਜਿਹੜੇ ਨੇ ਸਟੋਰ ਲੁੱਟ ਰਹੇ ਨੇ। ਇਹ ਇੱਕ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਔਰ ਪੁਲਿਸ ਦੇ ਵੱਲੋਂ ਬਕਾਇਦਾ ਇਨਵੈਸਟੀਗੇਸ਼ਨ ਵੀ ਕੀਤੀ ਜਾ ਰਹੀ ਕਿ ਵੀ ਇਹ ਸ਼ਰਾਰਤੀ ਅਨਸਰ ਹੈ ਕੌਣ। ਐਂਡ ਹਰਕੀਰਤ, ਇਹ ਵੀ ਇੱਕ ਗੱਲ ਕਨਫਰਮਡ ਰਿਪੋਰਟ ਨਿਕਲੀ ਹੈ ਕਿ ਕੁਛ ਸਿਟੀਜ਼ ਵਿੱਚ ਡਾਕੂਮੈਂਟਡ ਪਰੂਫ ਦੇ ਨਾਲ ਇਹ ਪਾਇਆ ਗਿਆ ਹੈ ਕਿ ਉੱਥੇ ਦੇ ਪੁਲਿਸ ਆਫਿਸਰਸ ਅੰਡਰ ਕਵਰ ਸਰੂਪ ਦੇ ਵਿੱਚ ਲੁੱਟ ਰਹੇ ਹੈ, ਸਟੋਰਾਂ ਵਿੱਚ ਅੱਗ ਲਾ ਰਹੇ ਹੈ, ਅਤੇ ਕੁਛ ਸਿਟੀਜ਼ ਵਿੱਚ ਇਹ ਵੇਖਣ ਨੂੰ ਮਿਲ ਰਿਹਾ ਹੈ ਕਿ ਜਿੱਥੇ ਇਹ ਮੂਵਮੈਂਟ ਅਫਰੀਕਨ ਅਮੈਰੀਕਨਸ ਬਲੈਕ ਲਾਈਵਸ ਮੈਟਰ ਦੇ ਅਰਾਊਂਡ ਹੈਗੀ, ਉਹਦੇ ਵਿੱਚ ਕੁਛ ਨੋਨ ਵਾਈਟ ਸੁਪਰੈਮਸਿਸਟ ਆ ਕੇ ਉਨ ਪ੍ਰੋਟੈਸਟ ਨੂੰ ਪੀਸਫੁਲ ਪ੍ਰੋਟੈਸਟ ਦੇ ਲੈ ਕੇ ਵਾਇਲੈਂਸ ਦੀ ਤਰਫ ਜਾ ਰਹੇ ਹੈ। ਸੋ ਆਫ ਕੋਰਸ ਵੀਡੀਓ ਦੇ ਵਿੱਚ ਵੇਖਿਆ ਜਾ ਰਿਹਾ ਕਿ ਕਿਸ ਤਰੀਕੇ ਨਾਲ ਵਾਈਟ ਸੁਪਰੀਮਸ ਆ ਕੇ ਉਹਨੇ ਬਕਾਇਦਾ ਗਨ ਛੀਨੀ, ਗਨ ਤੋਂ ਬਾਅਦ ਉਹਨੇ ਕੀ ਕਹਿੰਦੇ ਆ 3-4 ਵਾਰੀ ਹਵਾ ਦੇ ਵਿੱਚ ਰਾਊਂਡ ਫਾਇਰ ਕੀਤੀ। ਸੋ ਕਹਿਣ ਦਾ ਭਾਵ ਇਹ ਹੈਗਾ ਕਿ ਪ੍ਰੋਟੈਸਟ ਵਾਇਲੈਂਟ ਨਹੀਂ ਹੋਣੀਆਂ ਚਾਹੀਦੀਆਂ, ਉਹਦੇ ਨਾਲ ਕੋਈ ਇਹ ਮਸਲੇ ਦਾ ਹੱਲ ਨਹੀਂ ਮਿਲਣਾ, ਬਟ ਇਹ ਵਾਇਲੈਂਟ ਹੋ ਰਹੀਆਂ ਉਹ ਵੀ ਇਸ ਪੂਰੀ ਸਿਚੁਏਸ਼ਨ ਦੀ ਇੱਕ ਫੈਕਟਰ ਬਣਦਾ ਕਿ ਸਾਨੂੰ ਦੇਖਣਾ ਕਿ ਕੌਣ ਬੈਨੀਫਿਟ ਕਰ ਸਕਦਾ ਹੈ ਅਗਰ ਇਹ ਪ੍ਰੋਟੈਸਟ ਵਾਇਲੈਂਟ ਹੋ ਜਾਂਦੀ ਹੈ ਫਿਰ ਡਿਸਮਿਸ ਹੋ ਜਾਂਦੀ ਹੈ, ਕੌਣ ਉਹਦੇ 'ਚੋਂ ਬੈਨੀਫਿਟ ਕਰੂਗਾ, ਇਹੀ ਸਵਾਲ ਬਣਦਾ। ਜਿਹਦੇ ਨਾਲ ਬੀਤਦੀ ਹੈ ਨਾ ਉਹਨੂੰ ਪਤਾ ਹੁੰਦਾ। ਔਰ ਇੱਕ ਮੈਂ ਬੀਤਦੀ ਹੋਈ ਗੱਲ ਇੱਥੇ ਦੱਸ ਦੇਵਾਂ, ਅਸੀਂ ਕਹਿੰਦੇ ਕਿ ਅਸੀਂ ਨਿਊਟਰਲ ਹਾਂ, ਹੈ ਨਾ, ਹਾਥੀ ਅਗਰ ਚੱਲ ਰਿਹਾ ਉਹਨੇ ਅਗਰ ਚੂਹੇ ਦੀ ਪੁੱਛ ਦੇ ਉੱਤੇ ਟੇਲ ਦੇ ਉੱਤੇ ਪੈਰ ਰੱਖ ਦਿੰਦਾ, ਰਾਈਟ, ਔਰ ਤੁਸੀਂ ਹਾਥੀ ਕਹੇ ਕਿ ਮੈਂ ਨਿਊਟਰਲ ਹਾਂ, ਅਤੇ ਇਸ ਗੱਲ ਨੂੰ ਚੂਹਾ ਬਰਦਾਸ਼ਤ ਨਹੀਂ ਕਰੇਗਾ ਕਿ ਮੈਂ ਨਿਊਟਰਲ ਗੱਲ ਕਰ ਰਿਹਾ, ਤਾਂ ਉਹ ਚੂਹੇ ਨੂੰ ਪਤਾ ਕਿ ਉਹਦੇ ਨਾਲ ਜਿਹੜੀ ਆਪ ਬੀਤੀ ਹੈ ਕਿ ਹਾਥੀ ਨੇ ਜਿਹੜੀ ਪੁੱਛ ਦੇ ਉੱਤੇ ਪੈਰ ਰੱਖਿਆ ਹੋਇਆ। ਇਸ ਮੁੱਦੇ ਨੂੰ ਇਸੇ ਤਰੀਕੇ ਨਾਲ ਜਾਰੀ ਰੱਖਾਂਗੇ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਚੱਲ ਰਿਹਾ। ਅੱਜ ਦਾ ਮੁੱਦਾ 'ਤੇ ਗੱਲ ਹੋ ਰਹੀ ਹੈ ਜੋ ਵੱਖ ਵੱਖ ਪ੍ਰੋਟੈਸਟ ਯੂਨਾਈਟਿਡ ਸਟੇਟਸ ਵਿੱਚ ਦੇਖਣ ਨੂੰ ਮਿਲ ਰਹੀਆਂ, ਇੱਕ ਅਫਰੀਕਨ ਅਮੈਰੀਕਨ ਦੀ ਹੋਮਸਾਈਡ ਨੂੰ ਲੈ ਕੇ ਜੋ ਪੁਲਿਸ ਕਸਟਡੀ ਵਿੱਚ ਹੋਈ। ਹਰਕੀਰਤ, ਆਈ ਥਿੰਕ ਕਾਲਰ ਸਾਡੇ ਨਾਲ ਕਾਫੀ ਆਪਣੇ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਹਾਂ। ਕਾਫੀ ਸਾਰੀ ਕਾਲਸ ਹੋਲਡ ਦੇ ਉੱਤੇ ਹੈ ਅਤੇ ਮੈਂ ਚਾਹਾਂਗਾ ਕਿ ਤੁਸੀਂ 30 ਸੈਕਿੰਡ ਦੇ ਵਿੱਚ ਆਪਣੀ ਗੱਲ ਨੂੰ ਖਤਮ ਕਰਨ ਨਿਬੇੜਨ ਦੀ ਸੋਚਿਓ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਸਮਿਤਾ ਜੀ ਤੇ ਜਸਕਰਨ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅਜੀਤ, ਹਾਂਜੀ, ਮੈਂ ਅਜੀਤ ਸਿੰਘ ਗਿੱਲ ਫੈਦਰੋਂ ਕੈਲੀਫੋਰਨੀਆ ਤੋਂ ਬੋਲ ਰਿਹਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕਹਿਣਾ, ਗੱਲ ਕਹਿਣੀ ਚਾਹੁੰਦਾ ਜੀ, ਜਿਵੇਂ ਆਪਾਂ ਕਹਿੰਦੇ ਨਾ ਵੀ ਐਵਰੀ ਵੋਟ ਇਜ਼ ਮੈਟਰ, ਇਸੇ ਤਰ੍ਹਾਂ ਹਰ ਇੱਕ ਦਾ ਚੰਗਾ ਬਣਨਾ ਇਟ ਮੈਟਰ। ਜਦੋਂ ਤੁਸੀਂ ਚੰਗਾ ਬਣਦੇ ਹਾਂ ਤਾਂ ਅਸੀਂ ਆਪਦੀ ਕਮਿਊਨਿਟੀ ਨੂੰ ਚੰਗਾ ਬਣਾਉਂਦੇ ਹਾਂ, ਅਤੇ ਕਮਿਊਨਿਟੀ ਤੋਂ ਅਗਾਂਹ ਜੇ ਸਾਡੀ ਕਮਿਊਨਿਟੀ 'ਚ ਇੱਕ ਬੰਦਾ ਵੀ ਮਾੜਾ ਕੰਮ ਕਰਦਾ ਤਾਂ ਉਹ ਸਾਨੂੰ ਦਾਗ ਲਾਉਂਦਾ ਅਤੇ ਸਾਰੀ ਕਮਿਊਨਿਟੀ ਦਾ ਨਾਂ ਮਾੜਾ ਹੋ ਜਾਂਦਾ। ਜਿਵੇਂ ਆਪਣੇ ਪੰਜਾਬੀ 'ਚ ਕਹਾਵਤ ਆ ਕਿ ਬਦਨਾਮ ਬਦਨਾਮ ਬੁਰਾ। ਮੈਨੂੰ 33 ਸਾਲ ਹੋ ਗਏ ਸਟੋਰਾਂ ਦੇ ਵਿੱਚ, ਮੇਰੇ ਕੋਲ 15-16 ਸਟੋਰ ਵੀ ਆ, ਅਤੇ ਜੇ ਤੁਸੀਂ ਸਾਰੀਆਂ ਜਿਹੜੀਆਂ ਮੇਰੀਆਂ ਰਾਬਰੀਆਂ ਹੋਈਆਂ ਜਾਂ ਹੋਰ ਸਟੋਰਾਂ ਦੀਆਂ ਰਾਬਰੀਆਂ ਹੋਈਆਂ ਜਾਂ ਉਹਨਾਂ ਨੇ ਕਲਰਕਾਂ ਨੂੰ ਮਾਰਿਆ, ਉਹਨਾਂ 'ਚ ਬਹੁਤਾਤ ਜਿਨ੍ਹਾਂ ਦੇ ਨਾਲ ਅਸੀਂ ਰਲ ਕੇ ਚੱਲਦੇ ਹਾਂ ਇਹਨਾਂ ਦੀ ਹੀ ਆ। ਜਾਂ ਪਹਿਲੇ ਨੰਬਰ 'ਤੇ ਬਲੈਕ ਆਉਣਗੇ, ਦੂਜੇ 'ਤੇ ਮੈਕਸੀਕੋ ਆਉਣਗੇ। ਹਰ ਕੌਮ ਦੇ ਵਿੱਚ ਮਾੜੇ ਅਤੇ ਚੰਗੇ ਹੁੰਦੇ ਆ। ਜੇ ਸਾਡੀ ਕੌਮ ਵੀ ਜਿਹੜੀ ਆਉਣ ਵਾਲੀ ਆ ਉਹ ਮਾੜੇ ਕੰਮ ਕਰੂਗੀ ਤਾਂ ਸਾਡੇ 'ਤੇ ਵੀ ਅੱਤਿਆਚਾਰ ਹੋਣਗੇ। ਸਾਨੂੰ ਲੋਕਾਂ ਨਾਲ ਬਿਹੇਵ ਕਰਨ ਦੀ ਅਤੇ ਉਹਨਾਂ ਦੇ ਵਿੱਚ ਵਿਚਰਨ ਦੀ ਅਤੇ ਉਹਨਾਂ ਨਾਲ ਰਲ ਕੇ ਚੱਲਣ ਦੀ ਆਦਤ ਜ਼ਰੂਰ ਪਾਉਣ ਦੀ ਲੋੜ ਆ। ਸਾਨੂੰ ਕਮਿਊਨਿਟੀ ਦੇ ਕੰਮ ਚੰਗੇ ਵੀ ਚੰਗੇ ਕਰਨੇ ਚਾਹੀਦੇ। ਜੇ ਸਾਡੀ ਕਮਿਊਨਿਟੀ ਹੁਣ ਗੁਰਦੁਆਰੇ ਥਾਂ ਥਾਂ ਲੰਗਰ ਲਾਉਂਦੇ ਜਾਂ ਹੋਰ ਕੁਛ ਕਰਦੇ ਤਾਂ ਉਹਨਾਂ ਨੂੰ ਚੰਗਾ ਕਹਿੰਦੇ ਆ, ਅਤੇ ਜੇ ਇਹ ਕਮਿਊਨਿਟੀਆਂ ਕਦੇ ਇਹਨਾਂ ਦਾ ਸੁਣਿਆ ਵੀ ਤੁਸੀਂ ਵੀ ਜੇ ਹੋਰ ਕਮਿਊਨਿਟੀ ਵਾਸਤੇ ਕੋਈ ਚੀਜ਼ ਕਰਨ ਜਾਂਦੇ ਜਾਂ ਨਹੀਂ ਕਰਨ ਜਾਂਦੇ? No, I think I completely disagree with you, sir, because ਆਪਾਂ ਕਿਸੇ ਨੂੰ ਵੀ ਡਿਫਰੈਂਸ਼ੀਏਟ ਨਹੀਂ ਕਰ ਸਕਦੇ ਜਿੰਨੇ ਤੁਹਾਡੇ ਸਟੋਰ ਦੇ ਉੱਤੇ ਰੋਬਰੀ ਕੀਤੀ, ਤੁਸੀਂ ਉਹਨੂੰ ਡਿਫਰੈਂਸ਼ੀਏਟ ਨਹੀਂ ਕਰ ਸਕਦੇ ਬਿਕੋਜ਼ ਆਫ ਹਿਸ ਕਲਰ ਕਿ ਉਹੀ ਉਨੀ ਕਮਿਊਨਿਟੀ ਤੋਂ ਹੈਗਾ। ਰਾਈਟ,
ਜਨਾਰ ਕਲਰ ਮੈਂ ਤੁਹਾਨੂੰ ਕਲਰ ਦੀ ਗਿਣਤੀ ਦੱਸ ਦੂੰਗਾ ਕਿ ਕਿਹਨੇ ਕਿਹੜੀਆਂ ਕਿੰਨੀਆਂ ਰਾਬਰੀਆਂ ਕਿਹੜੇ ਕਮਿਊਨਿਟੀ ਨੇ ਕੀਤੀਆਂ ਕਿੰਨੀਆਂ ਕਿਹੜੀ ਨੇ ਕੀਤੀਆਂ ਡਿਫਰੈਂਸ਼ੀਏਟ ਤੱਕ ਕਰਦੇ ਹਾਂ ਅਸੀਂ ਕਿ ਡਿਫਰੈਂਸ਼ੀਏਟ ਕਿਉਂ ਨਹੀਂ ਕਰ ਸਕਦੇ ਜੀ ਜੀ ਤੁਸੀਂ ਜਿਹੜੀ ਕਮਿਊਨਿਟੀ ਨੇ ਕਿੰਨੀਆਂ ਰਾਬਰੀਆਂ ਕਿਹੜੀ ਕਿਹੜੀ ਕਮਿਊਨਿਟੀ ਜਾਦੇ ਕਰਦੀ ਅਜੀਤ ਜੀ ਅਜੀਤ ਜੀ ਮੈਂ ਤੁਹਾਨੂੰ ਇੱਥੇ ਸੌਰੀ ਸੌਰੀ ਸਰ ਮੈਂ ਤੁਹਾਨੂੰ ਇੱਥੇ ਟੋਕਦੀ ਹਾਂ ਇੱਕ ਛੋਟੀ ਜੀ ਗੱਲ ਲਈ ਜਿੱਥੇ ਆਪਣੀ ਤੁਸੀਂ ਕ੍ਰਾਈਮ ਦੀ ਜਾਂ ਕਿਸੇ ਇੱਕ ਕਮਿਊਨਿਟੀ ਦੀ ਜ਼ਿਆਦਾ ਗਿਣਤੀ ਆਪਾਂ ਨੋਟ ਕਰਦੇ ਹਾਂ ਕਿ ਉਹਨਾਂ ਦੇ ਵਿੱਚੋਂ ਜ਼ਿਆਦਾ ਗਿਣਤੀ ਹੋ ਰਹੀ ਹੈ ਉੱਥੇ ਸਾਨੂੰ ਜ਼ਰੂਰ ਇਹ ਪੁੱਛਣਾ ਚਾਹੀਦਾ ਕਿਉਂ ਕਿਉਂ ਇਸੇ ਕਮਿਊਨਿਟੀ ਤੋਂ ਜ਼ਿਆਦਾ ਲੋਕ ਅਨਐਜੂਕੇਟਿਡ ਹਨ ਜ਼ਿਆਦਾ ਕ੍ਰਾਈਮ ਸਾਨੂੰ ਦੇਖਣ ਨੂੰ ਮਿਲਦਾ ਹੈ ਸਾਦਾ ਸਿੰਗਲ ਪੇਰੈਂਟਿੰਗ ਦੇਖਣ ਨੂੰ ਮਿਲਦੀ ਹੈ ਇਹ ਸਾਰੀ ਜੋ ਸਿਸਟੈਮਿਕ ਇਨਬਿਲਟ ਚੀਜ਼ਾਂ ਹੈਗੀਆਂ ਇਸ ਕੰਟਰੀ ਵਿੱਚ ਖਾਸ ਕਰ ਉਹਨਾਂ ਦੇ ਪਿੱਛੇ ਅਗਰ ਆਪਾਂ ਜਾ ਕੇ ਪੁੱਛੀਏ ਕਿ ਕਿਉਂ ਇਸ ਤਰ੍ਹਾਂ ਹੋਇਆ ਅਫਕੋਰਸ ਤੁਹਾਡੇ ਓਬਜੈਕਟਿਵ ਫੈਕਟਸ ਤੁਹਾਨੂੰ ਦੱਸਦੇ ਆ ਕਿ ਯੈਸ ਜੋ ਕ੍ਰਾਈਮ ਜ਼ਿਆਦਾਤਰ ਹੋਇਆ ਇਨ ਕਮਿਊਨਿਟੀਜ਼ ਵਿੱਚੋਂ ਹੋਇਆ ਬਟ ਸਾਨੂੰ ਜ਼ਰੂਰ ਪੁੱਛਣਾ ਚਾਹੀਦਾ ਕਿਉਂ ਜੀ ਆਪਾਂ ਇੱਕ ਹੋਰ ਅਖੀਰਲਾ ਕਾਲ ਆ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਹੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਕੌਣ ਬੋਲ ਰਹੇ ਕਿੱਥੋਂ ਬੋਲ ਰਹੇ ਹਰਕੀਰਤ ਸਿੰਘ ਜੀ ਬੋਲ ਰਹੇ ਨੇ ਜੀ 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 ਮੈਂ ਇਹ ਲੱਗਾ ਸੀ ਕਹਿਣ ਜੀ ਤੇ ਉਹ ਜਿਹੜਾ ਬੰਦਾ ਕਾਲਾ ਮਾਰਿਆ ਗਿਆ ਉਹ ਤੇ ਉਹਦੀ ਧੌਣ ਤੇ ਗੋਡਾ ਰੱਖਿਆ ਸੀ ਪੁਲਿਸ ਵਾਲੇ ਨੇ ਜੀ ਜੀ ਤੇ ਉਹ ਕਹੀ ਜਾਂਦਾ ਸੀ ਮੇਰਾ ਸਾਹ ਨਹੀਂ ਆਉਂਦਾ ਜੀ ਤੇ ਤੁਹਾਡੇ ਖਿਆਲ ਚ ਉਹਨੂੰ ਗੋਡਾ ਚੁੱਕ ਨਹੀਂ ਸੀ ਲੈਣਾ ਚਾਹੀਦਾ ਉੱਥੋਂ 100% ਔਰ ਆਈ ਥਿੰਕ ਕਿ ਇਸ ਤਰੀਕੇ ਦੀ ਜਿਹੜਾ ਉਸ ਦੇ ਨਾਲ ਤਸ਼ੱਦਦ ਕੀਤੀ ਗਈ ਮੈਨੂੰ ਇਹ ਬਹੁਤ ਲੰਬੇ ਸਮੇਂ ਤੋਂ ਅਸੀਂ ਵੇਖਦੇ ਆ ਰਹੇ ਹਾਂ ਕਿ ਠੀਕ ਹੈ ਅਗਰ ਤੁਹਾਨੂੰ ਕੋਈ ਤੁਸੀਂ ਕਿਸੇ ਨੂੰ ਫੜਿਆ ਬਟ ਦਿਸ ਇਜ਼ ਨਾਟ ਦਾ ਵੇ ਕਿ ਤੁਸੀਂ ਉਹਨੂੰ ਇੰਨੇ ਬੁਰੇ ਤਰੀਕੇ ਨਾਲ ਆਪਣਾ ਜਿਹੜਾ ਗੋਡਾ ਰੱਖੋ ਐਟ ਦੀ ਐਂਡ ਆਫ ਦਾ ਡੇ ਇਸ ਕੰਟਰੀ ਵਿੱਚ ਜਸਟਿਸ ਦੀ ਜਦੋਂ ਇਨਸਾਫ ਦੀ ਗੱਲ ਆਉਂਦੀ ਹੈ ਕੋਈ ਵੀ ਇੱਕ ਬੰਦਾ ਜੱਜ ਜੂਰੀ ਐਂਡ ਜੁਰਰ ਨਹੀਂ ਬਣ ਸਕਦਾ ਇੱਕ ਬੰਦੇ ਦੇ ਕੋਲ ਪਾਵਰ ਨਹੀਂ ਹੈਗੀ ਇਹ ਡਿਸਾਈਡ ਕਰਨ ਲਈ ਕਿ ਕੌਣ ਜਿੰਦਾ ਹੈ ਅਤੇ ਕੌਣ ਮਰਦਾ ਹੈ ਅਤੇ ਇਹੀ ਚੀਜ਼ ਨੂੰ ਲੈ ਕੇ ਪ੍ਰੋਟੈਸਟ ਹੋ ਰਹੀਆਂ ਹੈ ਕਿ ਜਿੱਥੇ ਵੱਖ ਵੱਖ ਸ਼ਹਿਰਾਂ ਵਿੱਚ ਪੁਲਿਸ ਡਿਪਾਰਟਮੈਂਟਸ ਵਿੱਚ ਪੁਲਿਸ ਆਫਿਸਰਸ ਆਪਣੇ ਹੱਥੋਂ ਡਿਸਾਈਡ ਕਰ ਰਿਹਾ ਹੈ ਕਿ ਇਹ ਬੰਦਾ ਜੀ ਸਕਦਾ ਇਹ ਬੰਦਾ ਨਹੀਂ ਜੀ ਸਕਦਾ ਜਿਸ ਤਰ੍ਹਾਂ ਇਸ ਇੰਸੀਡੈਂਟ ਵਿੱਚ ਹੋਇਆ ਉਹ ਚੀਜ਼ ਗਲਤ ਹੈ ਬਿਲਕੁਲ ਔਰ ਜਿੱਥੇ ਤੱਕ ਰੋਬਰੀਆਂ ਦੀ ਸਵਾਲ ਰਹੀ ਜਿੱਥੇ ਤੱਕ ਯੂ ਨੋ ਲੁੱਟਖੋ ਦੀ ਸਵਾਲ ਰਹੀ ਸੋ ਉਹ ਉਹਦੇ 'ਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਹਾਂ ਬਈ ਇਹ ਇਹੀ ਲੋਕ ਕਰ ਰਹੇ ਨੇ ਇਹਨਾਂ ਵਿੱਚੋਂ ਅਗਰ ਆਪਾਂ ਇਸ ਤਰੀਕੇ ਨਾਲ ਡਿਫਰੈਂਸ਼ੀਏਟ ਕਰਨ ਲੱਗ ਪਏ ਤਾਂ ਇੱਕ ਪ੍ਰੈਜ਼ੀਡੈਂਟ ਵੀ ਅਸੀਂ ਵੇਖਿਆ ਜਿਹਨੇ ਦੋ ਟਰਮ ਦੇਖੀ ਸਾਨੂੰ ਇਸ ਕੰਟਰੀ ਨੂੰ ਦਿੱਤੀ ਹੈ ਔਰ ਉਸ ਦੋ ਟਰਮ ਦੇ ਵਿੱਚ ਅਸੀਂ ਵੇਖਿਆ ਆਪਣੇ ਆਪ ਨੂੰ ਕਿ ਕਿਸ ਤਰੀਕੇ ਨਾਲ ਕੰਟਰੀ ਨੇ ਯੂ ਨੋ ਸਰਵਾਈਵ ਕੀਤਾ ਔਰ ਕਈ ਸਾਰੇ ਜਿਹੜੇ ਡਿਸੀਜਨ ਸੀਗੇ ਜਦ ਕੰਟਰੀ ਦੇ ਉੱਤੇ ਬੋਝ ਆਇਆ ਤਾਂ ਉਹ ਵੀ ਉਹਨਾਂ ਨੇ ਸੰਭਾਲੇ ਸੋ ਵੀ ਕੈਨੋਟ ਡਿਫਰੈਂਸ਼ੀਏਟ ਐਂਡ ਆਫ ਦ ਡੇ ਜਦ ਅਸੀਂ ਇਸ ਕੰਟਰੀ ਦੇ ਵਿੱਚ ਸਿਟੀਜ਼ਨਸ਼ਿਪ ਲੈ ਲੈਂਦੇ ਹਾਂ ਸੋ ਉਹ ਜਿਹੜੇ ਹੱਕ ਨੇ ਸਾਰਿਆਂ ਦੇ ਹੱਕ ਇੱਕ ਹੀ ਤਰਾਜੂ ਦੇ ਉੱਤੇ ਤੋਲ ਕੇ ਜਿਹੜੀ ਹੈਗੀ ਹੈ ਸਰਕਾਰ ਨੂੰ ਦੇਣੇ ਚਾਹੀਦੇ ਹੈ ਜਸਟਿਸ ਜਿਹੜਾ ਹੈਗਾ ਹਰ ਕਿਸੇ ਨੂੰ ਇੱਕ ਤਰੀਕੇ ਨਾਲ ਮਿਲਣਾ ਚਾਹੀਦਾ ਅੱਜ ਬਲੈਕ ਲਾਈਵ ਮੈਟਰ ਦੀ ਗੱਲ ਕਿਉਂ ਹੋ ਰਹੀ ਹੈ ਕਿਉਂਕਿ ਕਿੱਥੇ ਨਾ ਕਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਸਾਡੇ ਹੱਕ ਜਿਹੜੇ ਨੇ ਉਹ ਨਹੀਂ ਦਿੱਤੇ ਜਾ ਰਹੇ ਔਰ ਜਸ ਪੰਜਾਬੀ ਆਪਣੀ ਜ਼ਿੰਮੇਵਾਰੀ ਸਮਝਦਾ ਹੋਇਆ ਭਾਵੇਂ ਮੁੱਦਾ ਜਿਹੜਾ ਹੈਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਅੱਗੇ ਜਿਹੜਾ ਹੈਗਾ ਨਜ਼ਰ ਬਣਾਉਂਦਾ ਜਾਂ ਫਿਰ ਕੀ ਕੁਝ ਵੇਖਣ ਨੂੰ ਮਿਲੇਗਾ ਅਸੀਂ ਜ਼ਰੂਰ ਇਸ ਪ੍ਰੋਗਰਾਮ ਦੇ ਉੱਤੇ ਤੁਹਾਨੂੰ ਪਲ-ਪਲ ਦੀ ਜਾਣਕਾਰੀ ਦਿੰਦੇ ਰਹਾਂਗੇ ਤੁਸੀਂ ਈਮੇਲ ਰਾਹੀਂ ਲਿਖ ਕੇ ਵੀ ਆਪਣੇ ਮੈਸੇਜਸ ਸਾਨੂੰ ਭੇਜ ਸਕਦੇ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਕਿਵੇਂ ਲਿਖਿਆ harkeerat@justbroadcasting.com ashmita@justbroadcasting.com ਦੇ ਉੱਤੇ ਸਾਨੂੰ ਤੁਹਾਡੇ ਈਮੇਲ ਦੀ ਉਡੀਕ ਰਹੇਗੀ ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਨੂੰ ਹਰਕੀਰਤ ਸਿੰਘ ਆਲੂਵਾਲੀਆ ਨੂੰ ਦਵੋ ਇਜਾਜ਼ਤ ਸਤਿ ਸ਼੍ਰੀ ਅਕਾਲ